ਰਾਜਾਂ ਦੀਆਂ ਚੋਣਾਂ ਦਾ ਵਰਤਾਂਤ ਹੋਰ ਹੁੰਦਾ ਲੋਕ ਸਭਾ ਦੀਆਂ ਚੋਣਾਂ ਦਾ ਵਰਤਾਂਤ ਇਹਨਾਂ ਚੋਣਾਂ 'ਚ ਵੀ ਤੁਸੀਂ ਇਹ ਦੇਖੋ ਜਿਹੜਾ ਤੇਲੰਗਾਨਾ ਸੀ ਉਹ ਦੱਖਣ ਦੇ ਵੱਲ ਨੂੰ ਗਿਆ ਜਿਹੜੇ ਹਿੰਦੀ ਬੈਲਟ ਵਾਲੀਆਂ ਸੀ ਉਹ ਭਾਜਪਾ ਵੱਲ ਨੂੰ ਗਈ 9 ਸਾਲ ਇਹ ਮੋਦੀ ਦੇ ਪਾਲੇ 'ਚ ਖੜ ਕੇ ਲੜਦੇ ਰਹੇ ਇਹਨਾਂ ਦੇ ਪੈਰ ਨਹੀਂ ਲੱਗੇ ਇਹ ਈਵੀਐਮ ਆ ਜਿਹੜੀ ਇਹ ਤਕਨੀਕੀ ਨੁਕਤਾ ਹੈ ਭਾਰਤ ਆ ਵੀ ਈਵੀਐਮ ਕਰਕੇ ਮੋਦੀ ਦੀ ਜਿੱਤ ਹੋਈ ਹੈ ਉਹਨੂੰ ਕਾਂਗਰਸ ਨੂੰ ਵੀ ਝਟਕਾ ਲੱਗਿਆ ਇਹ 'ਚ ਕੋਈ ਰੌਲਾ ਨਹੀਂ ਦੂਜੀਆਂ ਪਾਰਟੀਆਂ ਨੂੰ ਵੀ ਝਟਕਾ ਲੱਗ ਗਿਆ ਮੁਲਕ ਦੇ ਵਿੱਚ ਸਭ ਤੋਂ ਤੇਜ਼ੀ ਨਾਲ ਨੈਸ਼ਨਲ ਪਾਰਟੀ ਬਣਨ ਵਾਲੀ ਹੈ ਆਮ ਆਦਮੀ ਪਾਰਟੀ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਮੁਲਕ ਦੇ ਵਿੱਚ ਸਭ ਤੋਂ ਤੇਜ਼ੀ ਨਾਲ ਸਭ ਤੋਂ ਵੱਡੇ ਪੱਧਰ ਤੇ ਜ਼ਮਾਨਤਾਂ ਜ਼ਬਤ ਕਰਾਉਣ ਵਾਲੀ ਬਣ ਗਈ ਨਾ ਆਮ ਆਦਮੀ ਪਾਰਟੀ ਚਿਹਰੇ ਦੀ ਸਿਆਸਤ ਹੁੰਦੀ ਆ ਇਹ ਸਭ ਤੋਂ ਖਤਰਨਾਕ ਹੁੰਦੀ ਹੈ ਤੁਸੀਂ ਦਿੱਲੀ ਮਾਡਲ ਦਿਖਾ ਕੇ ਪੰਜਾਬ ਦੇ ਮਾਡਲ ਨੂੰ ਤਬਾਹ ਕਰ ਰਹੇ ਹੋ ਕਲੀਨਿਕਾਂ ਦਾ ਮਾਡਲ ਦਿਖਾ ਕੇ ਸਿਹਤ ਸਿਸਟਮ ਨੂੰ ਤਬਾਹ ਕਰ ਰਹੇ ਹੋ ਹੈਲੀਕਾਪਟਰ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਤਾਂ ਨਹੀਂ ਵਰਤਿਆ ਜਾ ਸਕਦਾ ਸਰਕਾਰੀ ਉਦੋਂ ਪਹਿਲਾਂ ਸਾਰੇ ਐਮਐਲਏ ਗਏ ਨੇ ਗੁਜਰਾਤ 'ਚ ਪੰਜਾਬ ਦਾ ਜਹਾਜ਼ ਵਰਤਿਆ ਬਿਲਕੁਲ ਵਰਤਿਆ ਮੋਦੀ ਤੇ ਇਹ ਦੋਵੇਂ ਚਾਚੇ ਮਾਸੀ ਦੇ ਪੁੱਤ ਲੱਗਦੇ ਨੇ ਮੈਨੂੰ ਉਹ ਵੀ ਰੇੜੇ ਹੀ ਜਾਂਦਾ ਰੇੜੇ ਜਾਂਦਾ ਰੇੜੇ ਜਾਂਦਾ ਇਹ ਵੀ ਰੇੜੇ ਜਾਂਦਾ ਉਸੇ ਤਰ੍ਹਾਂ ਦੀਆਂ ਗੱਲਾਂ ਆਪਣੇ ਗਿਰਵਾਨ ਮੇ ਸਿਰ ਨੀਵਾ ਕਰ ਦੇਖ ਇਸ ਰਾਹ ਤੇ ਚੱਲਣਾ ਪਊ ਇੰਡੀਆ ਗੱਠਜੋੜ ਨੂੰ ਦੂਜਾ ਨਖੇੜਾ ਕਰਨਾ ਪਊ ਹਿੰਦੂਤਵ ਸਿਆਸਤ ਹਿੰਦੂਤਵ ਐਨਜ਼ੈਡ ਪੰਜਾਬੀ ਨਿਊਜ਼ ਤੇ ਤੁਹਾਡਾ ਸਵਾਗਤ ਹੈ ਮੈਂ ਗੁਰਸ਼ਮਸ਼ੀਰ ਸਿੰਘ ਬੀਤੇ ਦਿਨਾਂ ਦੇ ਵਿੱਚ ਤਿੰਨ ਰਾਜਾਂ ਦੀਆਂ ਜਿਹੜੀਆਂ ਪੰਜ ਰਾਜਾਂ ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀਗੀਆਂ ਉਸ ਦੇ ਵਿੱਚ ਨਤੀਜੇ ਆਏ ਨੇ ਚਾਰ ਰਾਜਾਂ ਦੇ ਵਿੱਚ ਬੀਜੇਪੀ ਜਿੱਤੀ ਹੈ ਇੱਕ ਰਾਜ ਦੇ ਵਿੱਚ ਕਾਂਗਰਸ ਦੀ ਜਿੱਤ ਹੋਈ ਹੈ ਤਾਂ ਇਹ ਸਾਰੇ ਦੇ ਵਿੱਚ ਹੁਣ ਕੀ ਸਿਚੁਏਸ਼ਨ ਤਿੰਨ ਵੱਡੀਆਂ ਜਿਹੜੀਆਂ ਸਟੇਟਸ ਨੇ ਰਾਜਸਥਾਨ ਤੇ ਜਿਹੜੀ ਰਾਜਸਥਾਨ ਮੱਧ ਪ੍ਰਦੇਸ਼ ਤੇ ਇਸ ਦੇ ਵਿੱਚ ਵੱਡੇ ਲੈਵਲ ਤੇ ਜਿਹੜੀ ਜਿੱਤ ਹੋਈ ਹੈ ਬੀਜੇਪੀ ਦੀ ਛੱਤੀਸਗੜ੍ਹ ਦੇ ਵਿੱਚ ਵੀ ਤਾਂ ਇਹਦੀ ਕੀ ਵਜ੍ਹਾ ਹੈਗੀ ਆ ਆਪਾਂ ਗੱਲਬਾਤ ਕਰਦੇ ਹਾਂ ਮਾਲਵਿੰਦਰ ਸਿੰਘ ਮਾਲੀ ਉਹਨਾਂ ਦੇ ਨਾਲ ਜਿਹੜੇ ਕਿ ਰਾਜਨੀਤਿਕ ਵਿਸ਼ਲੇਸ਼ਕ ਨੇ ਵੀ ਸਾਰੇ ਜਾਣਦੇ ਹੋ ਅਕਸਰ ਆਪਾਂ ਉਹਨਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਦਾਅਵਾ ਸੀ ਉਹ ਕਿੱਥੇ ਆ ਸੁਨੀਲ ਜਾਖੜ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਹਦਾ ਕੀ ਮਾਇਨਾ ਬਣਦਾ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਭਗਵੰਤ ਮਾਨ ਨੇ ਉਹ ਥੋੜ੍ਹਾ ਬੀਜੇਪੀ ਜਾਂ ਕੇਂਦਰ ਸਰਕਾਰ ਦੇ ਜਿਹੜੀ ਵਿਰੋਧ ਵਾਲੀ ਜਿਹੜੀ ਸੁਰ ਹੈ ਉਹ ਰੱਖ ਰਹੇ ਨੇ ਇਹਦੀ ਕੀ ਪੋਲਿਟਿਕਸ ਹੈ ਇਹ ਸਾਰੇ ਨੁਕਤੇ ਤੇ ਆਪਾਂ ਗੱਲਬਾਤ ਕਰਦੇ ਹਾਂ ਮਾਲਵਿੰਦਰ ਮਾਲੀ ਹੁਣੀ ਸਾਡੇ ਨਾਲ ਨੇ ਸਰ ਤੁਹਾਡਾ ਸਵਾਗਤ ਸ਼ੁਕਰੀਆ ਜੀ ਸਰ ਇੱਕ ਨਾਰਾ ਚੱਲਿਆ ਸੀਗਾ ਬਈ ਜੁੜੇਗਾ ਭਾਰਤ ਜੀਤੇਗਾ ਇੰਡੀਆ ਤੇ ਪਰ ਜਦੋਂ ਨਤੀਜੇ ਆਏ ਸਟੇਟਾਂ ਦੇ ਤਾਂ ਤਸਵੀਰ ਭਾਰਤ ਦੇ ਜਿੱਤਣ 'ਚ ਤਾਂ ਨਿਕਲੀ ਪਰ ਹੋਰ ਰੂਪ 'ਚ ਨਿਕਲੀ ਤੇ ਤੁਸੀਂ ਕਿੱਦਾਂ ਦੇਖਦੇ ਹੋ ਕਾਂਗਰਸ ਦੇ ਦਾਅਵੇ ਨੂੰ ਇੱਕ ਦੇਸ਼ ਦੀ ਉਹ ਇੱਕ ਪਾਰਟੀ ਇੱਕ ਬਦਲ ਹੋਣ ਦੇ ਹਵਾਲੇ ਨਾਲ ਦੇਖੋ ਜਿਹੋ ਜਿਹੇ ਸਾਡੇ ਮੁਲਕ ਦੀ ਬਣਤਰ ਆ ਦੋ ਗੱਲਾਂ ਬਹੁਤ ਸਪਸ਼ਟ ਹੋਣੀਆਂ ਚਾਹੀਦੀਆਂ ਰਾਜਾਂ ਦੀਆਂ ਚੋਣਾਂ ਦਾ ਵਰਤਾਂਤ ਹੋਰ ਹੁੰਦਾ ਲੋਕ ਸਭਾ ਦੀਆਂ ਚੋਣਾਂ ਦਾ ਵਰਤਾਂਤ ਹੋਰ ਹੁੰਦਾ ਜਿੰਨੀ ਕੁ ਮੇਰੀ ਯਾਦਾਸ਼ਤ ਆ ਇੱਕੋ ਤਰ੍ਹਾਂ ਦੇ ਨਤੀਜੇ ਨਹੀਂ ਨਿਕਲਦੇ ਵੀ ਜਿਹੜਾ ਜਿੰਨੀ ਵਿਧਾਨ ਸਭਾ ਜਿੱਤਦਾ ਉਸੇ ਤਰ੍ਹਾਂ ਉਹ ਲੋਕ ਸਭਾ ਜਿੱਤਦਾ ਪਿਛਲੀ ਉਦਾਹਰਨਾਂ ਸਾਹਮਣੇ ਨੇ ਵੀ ਰਾਜਸਥਾਨ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਇੱਕ ਹੋਰ ਸੂਬੇ ਦੇ ਵਿੱਚ ਕਿੰਨੇ ਜ਼ੋਰ ਨਾਲ ਜਿੱਤੀ ਕਾਂਗਰਸ ਲੋਕ ਸਭਾ ਦੀ ਚੋਣ 'ਚ ਮੁਕੰਮਲ ਸਫਾਇਆ ਇੱਕ ਤਾਂ ਇਹ ਪੱਖ ਧਿਆਨ 'ਚ ਰੱਖਣ ਦੀ ਲੋੜ ਆ ਮੇਰੇ ਕਹਿਣ ਦਾ ਮਤਲਬ ਇੱਕ ਪਾਸੜ ਨਤੀਜਾ ਨਹੀਂ ਕੱਢਣਾ ਚਾਹੀਦਾ ਦੂਜੀ ਗੱਲ ਇਹਦੇ ਵਿੱਚ ਇਹ ਉੱਭਰ ਕੇ ਗੱਲ ਆਈ ਆ ਵੀ ਜਿਹੜਾ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਇੱਕ ਬੋਲੀ ਇੱਕ ਦੇਸ਼ ਇੱਕ ਪਹਿਚਾਣ ਇੱਕ ਸੱਭਿਆਚਾਰ ਵਾਲਾ ਜਿਹੜਾ ਪ੍ਰਵਚਨ ਉਹ ਹਾਰਿਆ ਜਾ ਰਿਹਾ ਉਹਦੇ ਵਿੱਚ ਜਿਵੇਂ ਹਿੰਦੂ ਮੁਸਲਿਮ ਦੀ ਵੰਡ ਆਉਂਦੀ ਸੀ ਨਾ ਪਹਿਲਾਂ ਹੁਣ ਨੌਰਥ ਅਤੇ ਸਾਊਥ ਉੱਤਰ ਅਤੇ ਦੱਖਣ ਭਾਰਤ ਦੀ ਵੰਡ ਸਾਹਮਣੇ ਦਿਖਾਈ ਦੇਣ ਲੱਗ ਗਈ ਇਹਨਾਂ ਚੋਣਾਂ 'ਚ ਵੀ ਤੁਸੀਂ ਇਹ ਦੇਖੋ ਜਿਹੜਾ ਤੇਲੰਗਾਨਾ ਸੀ ਉਹ ਦੱਖਣ ਦੇ ਵੱਲ ਨੂੰ ਗਿਆ ਜਿਹੜੀ ਹਿੰਦੀ ਬੈਲਟ ਵਾਲੀਆਂ ਸੀ ਉਹ ਭਾਜਪਾ ਵੱਲ ਨੂੰ ਗਈਆਂ ਨੰਬਰ 2 ਨੰਬਰ 3 ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਬੁਨਿਆਦੀ ਤੌਰ 'ਤੇ ਇੱਕ ਮਾਰਗ ਸੇਧੇ ਸੀ ਮਤਲਬ ਤੁਸੀਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਭਾਰਤ ਇੱਕ ਆ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਗੱਲ ਲਿਆਓ ਹੁਣ ਤੁਸੀਂ ਹਿੰਦੂ ਰਾਸ਼ਟਰ ਹਿੰਦੁਸਤਾਨ ਵਾਲਾ ਗੱਲ ਲੈ ਕੇ ਆਓ ਜੀ ਰਾਹ ਹੋਈ ਹੈ ਇੱਕ 9 ਸਾਲ ਇਹ ਮੋਦੀ ਦੇ ਪਾਲੇ 'ਚ ਖੜ ਕੇ ਲੜਦੇ ਰਹੇ ਇਹਨਾਂ ਦੇ ਪੈਰ ਨਹੀਂ ਲੱਗੇ ਜਿਹੜੀਆਂ ਸਿਆਸੀ ਪਾਰਟੀਆਂ ਸੀ ਉਹ ਵੀ ਇੱਕ ਮੋਦੀ ਨਾਲ ਚਲੀ ਗਈ ਇੱਕ ਬਾਹਰ ਨਿਕਲ ਗਈ ਦੂਜੀ ਫੇਰ ਆ ਗਈ ਤੀਜੀ ਉਹ ਦੇਖਿਆ ਆਪਾਂ ਨਤੀਸ਼ ਦਾ ਦੇਖਿਆ ਹੋਰਾਂ ਦਾ ਵੀ ਦੇਖਿਆ ਉਹਨਾਂ ਦਾ ਕਿਹੜਾ ਨਵੀਨ ਪਟਨਾਇਕ ਦਾ ਵੀ ਆਪਾਂ ਦੇਖਿਆ ਮਮਤਾ ਜੀ ਦਾ ਵੀ ਦੇਖਿਆ ਇਹ ਜਿਹੜੇ ਇਹਨਾਂ ਨੇ ਰਾਸ਼ਟਰਵਾਦ ਦੇ ਗੇੜੇ ਕੱਢੇ ਨਾ ਇਹ ਖੇਤਰੀਵਾਦ ਤੋਂ ਭਟਕ ਗਈਆਂ ਖੇਤਰਵਾਦ ਦਾ ਜਿਹੜਾ ਵਰਤਾਂਤ ਆ ਜਿਹੜਾ ਇਹ ਆ ਇੰਡੀਆ ਜੇ ਯੂਨੀਅਨ ਆਫ ਸਟੇਟਸ ਉਹ ਤੋਂ ਭਟਕੀਆਂ ਇਸੇ ਕਰਕੇ ਆਰਾਮ ਦੇ ਨਾਲ ਇਹੋ ਜਿਹੇ ਕਾਨੂੰਨ ਬਣਾਉਂਦੀਆਂ ਗਈਆਂ ਜਦੋਂ ਤੱਕ ਕੇਂਦਰੀ ਸੱਤਾ 'ਚ ਭਾਈਵਾਲ ਰਹੀਆਂ
ਜਿਹੜੀਆਂ ਰਾਜਾਂ ਦੇ ਘਰਾਂ ਨੂੰ ਖੋਹਦੇ ਆ, ਜਿਹੜੀ ਤਾਕਤਾਂ ਦਾ ਕੇਂਦਰੀਕਰਨ ਕਰਦੇ ਆ। ਕੋਈ ਵੀ ਸਰਕਾਰ ਆ ਜੇ ਜਿਹੜਾ ਕਾਨੂੰਨ ਤਾਕਤਾਂ ਦਾ ਕੇਂਦਰੀਕਰਨ ਵਾਲਾ ਰਾਜਾਂ ਤੋਂ ਹੋਇਆ ਗਿਆ, ਉਹ ਕਿਤੇ ਕਿਸੇ ਨੇ ਵਾਪਸ ਨਹੀਂ ਕੀਤਾ। ਈਵਨ ਐਮਰਜੈਂਸੀ ਦੌਰਾਨ ਵੀ ਉਹਨੇ ਉਹ ਨਹੀਂ ਹੋਇਆ, ਸਿੱਖਿਆ ਦਾ ਮਹਿਕਮਾ ਉਦੋਂ ਖੋਇਆ ਗਿਆ ਸੀ। ਹੁਣ ਤੱਕ ਇਹ ਤਕਨੀਕੀ ਸ਼ੁਰੂ ਆ ਰਿਹਾ ਇਹਨਾਂ ਨੇ EVM EVM ਬਾਰੇ ਸਵਾਲ ਉੱਠਦੇ ਨੇ, ਉਹ ਵਾਜਬ ਵੀ ਹੋ ਸਕਦੇ ਨੇ। ਇਹਨਾਂ ਨੂੰ ਵੱਡੇ ਪੱਧਰ 'ਤੇ ਵਿਚਾਰਿਆ ਵੀ ਜਾ ਸਕਦਾ ਵੀ ਦੁਨੀਆ 'ਚ EVM ਕਿਉਂ ਨਹੀਂ, ਇੱਥੇ ਕਿਉਂ ਆ, ਚੋਣ ਦਾ ਸਿਸਟਮ ਕੀ ਆ, ਬੱਸਾਂ ਦਾ ਪ੍ਰਬੰਧ ਕੀ ਆ, ਚੋਣ ਹੁੰਦੀ ਕਿਵੇਂ ਆ। ਹੁਣ ਕਈ ਥਾਂ 'ਤੇ ਤਾਂ 10-10 ਦਿਨ ਚੋਣ ਹੋ ਜਾਂਦੀ ਆ, ਤੁਸੀਂ ਦੇਖਿਆ ਹੋਊ ਵੀ ਇੰਨੇ ਦਿਨਾਂ 'ਚ ਜਦੋਂ ਮਰਜ਼ੀ ਆ ਕੇ ਵੋਟ ਪਾ ਜਾਓ ਦੂਜੇ ਦੇਸ਼ਾਂ 'ਚ। ਇਹ EVM ਆ ਜਿਹੜੀ, ਇਹ ਤਕਨੀਕੀ ਨੁਕਤਾ ਆਧਾਰਤਾ ਵੀ EVM ਕਰਕੇ ਮੋਦੀ ਦੀ ਜਿੱਤ ਹੋਈ ਆ। ਪੁਲਵਾਮਾ ਅਤੇ ਬਾਲਾਕੋਟ ਦਾ ਜਿਹੜਾ ਇਫੈਕਟ ਸੀ, ਜਿਹੜਾ ਬਾਅਦ 'ਚ ਲੋਕ ਗਿਣਨ ਲੱਗੇ ਨੇ, ਜਦੋਂ ਇਹ ਸਾਰੇ ਕਹਿ ਰਹੇ ਸੀ ਮੋਦੀ ਹਾਰ ਰਿਹਾ ਅਤੇ ਮੋਦੀ ਪਹਿਲਾਂ ਨਾਲੋਂ ਵੀ ਜਿੱਤ ਗਿਆ। ਪਾਰਟੀਆਂ ਜਾਮ ਹੋ ਗਈਆਂ ਕਿਉਂਕਿ ਰਾਸ਼ਟਰਵਾਦ ਦਾ ਇਸ਼ੂ ਬਣਾਤਾ, ਗੁਸਕਰ ਮਾਰ ਕੇ ਆਏ ਹੈ ਅਤੇ ਉਹਦੇ ਬਾਰੇ ਚੁੱਪ ਕਰ ਗਿਆ। ਉਹਦਾ ਲਾਹਾ ਇਹਨਾਂ ਨੇ ਪੂਰਾ ਗੱਡ ਕੇ ਲਿਆ ਸਾਰੇ ਕਾਸੇ 'ਚ। ਅੱਛਾ, ਮਤਲਬ ਜੋ ਆਪਣੇ ਸਾਹਮਣੇ ਇਹ ਆਇਆ, ਠੀਕ ਹੈ ਜੀ, ਉਹ ਤਾਂ ਹੁਣ ਮਲਿਕ ਨੇ ਗੱਲ ਉੱਭਰ ਕੇ ਸਾਹਮਣੇ ਲਿਆਂਦੀ ਹੈ ਨਾ, ਕਿਉਂਕਿ ਉਦੋਂ ਕਸ਼ਮੀਰ ਦਾ ਰਾਜਪਾਲ ਸੀ, ਉਹਨੇ ਇੰਨੇ ਠੋਸ ਤੱਥ ਸਾਹਮਣੇ ਲਿਆਂਦੇ, ਹੁਣ ਦੂਜੀਆਂ ਸਿਆਸੀ ਪਾਰਟੀਆਂ ਬੋਲਣ ਲੱਗ ਗਈਆਂ। ਠੀਕ ਹੈ, ਇਹ ਮੇਰੇ ਕਹਿਣ ਦਾ ਮਤਲਬ ਇਹ ਆ, 9 ਸਾਲਾਂ ਬਾਅਦ ਇਹ ਇੱਕ ਇੰਡੀਆ ਦਾ ਕਨਸੈਪਟ ਸਾਹਮਣੇ ਲੈ ਕੇ ਆਏ ਨੇ। ਠੀਕ ਹੈ, ਉਹਦਾ ਕਨਸੈਪਟ ਉਹੀ ਆ ਜਿਹੜਾ ਤੁਸੀਂ ਸ਼ੁਰੂ 'ਚ ਕੀਤਾ ਸੀ, ਨਫ਼ਰਤ ਦੀ ਥਾਂ ਪਿਆਰ, ਤੋੜਨ ਦੀ ਥਾਂ ਜੋੜਨਾ। ਇੰਡੀਆ ਭਾਰਤ ਜੁੜੇਗਾ, ਇੰਡੀਆ ਜਿੱਤੇਗਾ, ਉਹਨਾਂ ਨੇ ਇਹ ਕਨਸੈਪਟ ਦਿੱਤਾ। ਯਾਤਰਾ ਕੀਤੀ, ਉਹਦਾ ਇੱਕ ਹਾਂ ਪੱਖੀ ਪ੍ਰਭਾਵ ਪਿਆ, ਪਰ ਐਡੇ ਵੱਡੇ ਜਮੂਦ ਨੂੰ ਸਿਰਫ ਇੰਨੀ ਕੁ ਗੱਲ ਨਾਲ ਹੀ ਨਹੀਂ ਤੋੜਿਆ ਜਾ ਸਕਦਾ ਸੀ। ਹਾਂਜੀ, ਗਰੰਟੀਆਂ ਦੀ ਸਿਆਸਤ 'ਚ ਤਾਂ ਭਿੜੇ, ਪਰ ਵਿਚਾਰਕ ਜਿਹੜਾ ਸੰਕਲਪ ਆ ਇੰਡੀਆ ਦਾ ਸੰਕਲਪ, ਉੱਥੇ ਆ ਕੇ ਮਿਸਿੰਗ ਹੋ ਗਿਆ। ਦੂਜਾ, ਰਾਜਾਂ ਦੀਆਂ ਚੋਣਾਂ ਚਾਹੇ ਵੱਖ ਵੱਖ ਸੀ, ਪਰ ਫਿਰ ਵੀ ਇਹਨਾਂ ਰਾਜਾਂ 'ਚ ਜਿੱਥੇ ਕਾਂਗਰਸ ਵੱਡੀ ਪਾਰਟੀ ਸੀ, ਉਹ ਦੂਜਿਆਂ ਨੂੰ ਨਾਲ ਲੈ ਸਕਦੀ ਸੀ। SP 5 ਸੀਟਾਂ ਮੰਗਦੀ ਸੀ, ਮੈਂ ਕਹਿੰਦਾ 5 ਜਿੱਤ ਜਾਂਦੀਆਂ ਜੀ ਉਹਨਾਂ ਦੀ, 2-250 ਦੀ, 200 ਦੀ ਵਿਧਾਨ ਸਭਾ ਤੁਹਾਡੀ ਮੈਜੋਰਟੀ ਆ ਜਾਂਦੀ, ਸਾਂਝੀ ਸਰਕਾਰ ਬਣ ਜਾਂਦੀ, ਕੀ ਫਰਕ ਪੈਣਾ ਸੀ? ਬਿਲਕੁਲ, ਨਤੀਸ਼ ਵਾਲਿਆਂ ਦਾ ਕੀ ਫਰਕ ਪੈਣਾ ਸੀ? ਸੋ ਇਸ ਕਰਕੇ ਇਹਨਾਂ ਨੇ ਨਾ ਜਿਹੜੀ ਉਦੋਂ ਇੰਡੀਆ ਕਨਸੈਪਟ ਦਾ ਬਣਿਆ, 1 ਮਗਰੇ 1 ਦੇ ਖਿਲਾਫ 1, ਉਦੋਂ ਹਰ ਇੱਕ ਦੇ ਕਲੇਮ ਵੱਡੇ ਸੀ, ਮਤਲਬ ਹਰ ਇੱਕ ਦੇ ਕਲੇਮ ਵੱਡੇ ਸੀ ਉਦੋਂ ਆਮ ਆਦਮੀ ਪਾਰਟੀ ਦੇ। ਇਹ ਹੁਣ ਸੈੱਟ ਹੋ ਗਿਆ ਤੁਹਾਨੂੰ ਲੱਗਦਾ? ਹਾਂ ਬਿਲਕੁਲ, ਮੈਨੂੰ ਲੱਗਦਾ ਇੱਕ ਉਹ ਤੱਕ ਵੀ ਸੀ ਵੀ ਚਲੋ ਰਾਜਾਂ ਦਾ ਤਾਂ ਦੇਖੀ ਜੋ ਕੀ ਬਣਦਾ, ਪਤਾ ਲੱਗ ਜੂ ਕਿਹਦੇ ਪੱਲੇ ਕੀ ਦਾਣੇ ਨੇ। ਉਹਨੂੰ ਕਾਂਗਰਸ ਨੂੰ ਵੀ ਝਟਕਾ ਲੱਗਿਆ ਇਹ 'ਚ ਕੋਈ ਰੌਲਾ ਨਹੀਂ, ਦੂਜੀਆਂ ਪਾਰਟੀਆਂ ਨੂੰ ਵੀ ਝਟਕਾ ਲੱਗ ਗਿਆ, ਜਿਹੜੇ ਪ੍ਰਧਾਨ ਮੰਤਰੀ ਦੇ ਦਾਅਵੇਦਾਰ ਸੀ, ਜਿਹੜੇ ਕਹਿੰਦੇ ਸਾਡਾ ਇੰਨੇ ਰਾਜਾਂ 'ਚ ਆਧਾਰ ਆ, ਤੁਸੀਂ ਦੇਖ ਲਓ ਕੀ ਬਣਿਆ। ਮੁਲਕ ਦੇ ਵਿੱਚ ਸਭ ਤੋਂ ਤੇਜ਼ੀ ਨਾਲ ਨੈਸ਼ਨਲ ਪਾਰਟੀ ਬਣਨ ਵਾਲੀ ਹੈ ਆਮ ਆਦਮੀ ਪਾਰਟੀ, ਭਗਵੰਤ ਮਾਨ ਸਾਹਿਬ ਕਹਿੰਦੇ ਸੀ। ਮੁਲਕ ਦੇ ਵਿੱਚ ਸਭ ਤੋਂ ਤੇਜ਼ੀ ਨਾਲ ਸਭ ਤੋਂ ਵੱਡੇ ਪੱਧਰ 'ਤੇ ਜ਼ਮਾਨਤਾਂ ਜ਼ਬਤ ਕਰਾਉਣ ਵਾਲੀ ਬਣ ਗਈ ਨਾ ਆਮ ਆਦਮੀ ਪਾਰਟੀ। ਸੋ ਇਹ ਇਸ ਸਾਰੇ ਚੱਕਰ ਤੋਂ ਇੰਡੀਆ ਗੱਠਜੋੜ ਵਾਲੇ ਸਬਕ ਕਿੰਨੇ ਕੁ ਸਿੱਖਦੇ ਆ, ਉਹ ਕਨਸੈਪਟ ਨੂੰ ਆਤਮਸਾਤ ਕਿੰਨਾ ਕੁ ਕਰਦੇ ਆ, ਉਹ ਕਨਸੈਪਟ ਦੇ ਅਨੁਸਾਰ ਨੀਤੀਆਂ ਦਾ ਬਦਲ ਕਿੰਨਾ ਕੁ ਲਿਆਉਂਦੇ ਆ ਜੀ। ਇਹ ਤਾਂ ਗੱਲ ਕਹਿ ਦਿੱਤੀ ਤੁਸੀਂ, ਮਤਲਬ ਪਾੜਾ ਵੱਧ ਗਿਆ ਜੀ, ਰੁਜ਼ਗਾਰ ਦੀ ਗੱਲ ਆ, ਸਿੱਖਿਆ ਦੀ ਗੱਲ ਆ, ਆਪਸੀ ਪਿਆਰ ਦੀ ਗੱਲ ਆ, ਪਰ ਹਿੰਦੀ ਬੈਲਟ ਦੇ ਵਿੱਚ ਜਿਹੜਾ ਹਿੰਦੂ ਰਾਸ਼ਟਰਵਾਦ ਵਾਲਾ, ਹਿੰਦੂ ਤੋਂ ਵੀ ਵਾਲੀ ਸਿਆਸਤ ਆ, ਜਿਹਦੇ ਪੈਰ ਬਹੁਤ ਜਮੇ ਹੋਏ ਨੇ, ਉਹਦੀ ਧੱਕ ਕਿੰਨੀ ਕੁ ਆ, ਮੈਨੂੰ ਲੱਗਦਾ ਇਹ ਅਸੈਸ ਕਰਨ 'ਚ, ਅੰਦਾਜ਼ਾ ਲਾਉਣ 'ਚ ਸਾਰੇ ਅਸਫਲ ਰਹੇ ਆ। ਠੀਕ ਹੈ, ਅਤੇ ਜੇ ਆਪਾਂ ਇਹ ਸਮਝੀਏ, ਤੁਸੀਂ ਕਿਹਾ ਕਿ ਅਲੱਗ ਅਲੱਗ ਹੁੰਦੀਆਂ ਨੇ, ਮਤਲਬ ਕਿ ਉਹਦੇ ਰਾਜਾਂ ਦੇ ਕੰਟੈਕਸਟ ਅਲੱਗ ਨੇ, ਕੇਂਦਰ ਦਾ ਕੰਟੈਕਸਟ ਅਲੱਗ ਹੈ, ਪਰ ਜੇ ਆਪਾਂ ਇਹ ਸਾਰੀ ਕੈਂਪੇਨ ਨੂੰ ਦੇਖਦੇ ਹਾਂ ਤਾਂ ਇੱਕ ਸੈਂਟਰਲ ਫਿਗਰ BJP ਵੱਲੋਂ ਨਰਿੰਦਰ ਮੋਦੀ ਸੀਗੇ ਜੀ, ਅਤੇ ਸਾਰੀ ਸੈਂਟਰਲ ਕੈਂਪੇਨ ਰਹੀ ਹੈ ਇਹ, ਅਤੇ ਸੈਂਟਰਲ ਇਸ਼ੂਸ 'ਤੇ ਰਹੀ ਹੈ, ਗਰੰਟੀਆਂ ਦੀ ਇੱਕ ਪੱਖ ਰਿਹਾ ਕਿ ਗਰੰਟੀਆਂ ਦਾ ਪੱਖ, ਪਰ ਉਹ ਆਈਡੀਓਲੋਜੀਕਲ ਪੱਖ ਉਭਾਰਿਆ ਗਿਆ, ਹੋਰ ਸਾਰਾ ਜਿਹੜਾ ਨੈਸ਼ਨਲਿਜ਼ਮ ਦਾ ਐਂਗਲ ਹੈ ਉਹ ਸਾਰਾ ਸੈਂਟਰਲ ਐਂਗਲ ਹੈ, ਅਤੇ ਤੁਹਾਨੂੰ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ, ਹਾਲਾਂਕਿ ਉਹ ਫਰਕ ਰਹਿੰਦਾ ਸੂਬਿਆਂ 'ਚ, ਪਰ BJP ਨੇ ਪਿਛਲੇ 9 ਸਾਲਾਂ 'ਚ ਖਾਸ ਤੌਰ 'ਤੇ ਜਿਹੜੀ ਸੂਬਿਆਂ ਅਤੇ ਕੇਂਦਰ ਦੀ ਰਾਜਨੀਤੀ, ਜਿਹੜਾ ਫਰਕ ਹੈ ਚੋਣਾਂ ਦਾ, ਜਿਹੜਾ ਫਰਕ ਹੈ ਉਹਨੂੰ ਲਗਾਤਾਰ ਘੱਟ ਕਰਦੀ ਚਲੀ ਜਾ ਰਹੀ ਹੈ, ਅਤੇ ਮੋਦੀ ਦੀ ਫਿਕਰ ਦੇ ਨਾਲ ਉਹ ਇਸ ਵਾਰ ਹੋਰ ਘੱਟ ਹੋ ਗਿਆ। ਪਹਿਲੀ ਗੱਲ, ਜੇ ਤੁਸੀਂ ਭਾਰਤ ਦੇ ਇਤਿਹਾਸ 'ਤੇ ਨਜ਼ਰ ਮਾਰੋ, ਇੱਕ ਨਵਾਂ ਹੀ ਵਰਤਾਰਾ ਨਹੀਂ, ਯਾਦ ਕਰੋ ਇੰਡੀਆ ਇਜ਼ ਇੰਦਰਾ, ਇੰਦਰਾ ਇਜ਼ ਇੰਡੀਆ। ਬਿਲਕੁਲ ਠੀਕ, ਜਦੋਂ ਤੁਸੀਂ ਇੱਕ ਚਿਹਰੇ ਨੂੰ ਉਭਾਰਦੇ ਹੋ ਉਦੋਂ ਵਿਚਾਰਾਂ ਦੀ ਲੜਾਈ ਆ ਪਿੱਛੇ ਪੈਂਦੀ ਹੈ। ਬਿਲਕੁਲ, ਤਾਕਤਾਂ ਦਾ ਕੇਂਦਰੀਕਰਨ ਜਦੋਂ ਹੁੰਦਾ, ਇੰਦਰਾ ਗਾਂਧੀ ਨੇ ਵੀ ਜਿਹੜੀ ਰੀਜਨਲ ਲੀਡਰਸ਼ਿਪ ਸੀ ਉਹਨੂੰ ਰਗੜਿਆ ਨਾ ਸਾਰੀ ਨੂੰ, ਤੇ ਰਿਜ਼ਲਟ ਕੀ ਨਿਕਲਿਆ ਮੁੜ ਕੇ? ਉਸੇ ਹਿਸਾਬ ਨਾਲ ਮੋਦੀ ਚੱਲ ਰਿਹਾ,
ਮੋਦੀ ਹੈ ਤਾਂ ਮੁਮਕਿਨ ਹੈ। ਇੱਕੋ ਇੱਕੋ ਗੱਲ ਆ, ਇੰਦਰਾ ਇਜ਼ ਇੰਡੀਆ ਉਹਦਾ ਰੂਪ ਬਦਲਤਾ, ਬਿਲਕੁਲ ਠੀਕ ਹੈ। ਉਹ ਸਰਕਾਰਾਂ ਤੋੜਦੀ ਸੀ, ਇਹਨਾਂ ਨੇ ਲਿਆਂਦਾ ਡਬਲ ਇੰਜਣ ਦੀ ਸਰਕਾਰ, ਐਂਟੀ ਡਿਫੈਕਸ਼ਨ ਲਾ ਬਣਾਇਆ ਤਾਂ ਕਿ ਰੀਜਨਲ ਪਾਰਟੀਆਂ ਨੂੰ ਅਕੋਮੋਡੇਟ ਕੀਤਾ ਜਾ ਸਕੇ। ਇਹਨਾਂ ਨੇ ਉਦੋਂ ਅੱਗੇ ਛਾਲ ਮਾਰੀ ਵੀ ਬੰਦਿਆਂ ਤੋਂ ਅਸਤੀਫੇ ਦਵਾ ਲਓ, ਬਿਲਕੁਲ ਉਹ ਘੱਟ ਗਿਣਤੀ 'ਚ ਆ ਜਾਣਗੇ, ਸਰਕਾਰ ਤੁਹਾਡੀ ਬਹੁਗਿਣਤੀ ਵਾਲੀ ਬਣਾ ਲੂ, ਆਪਣੀ ਸਰਕਾਰ ਬਣਾ ਕੇ ਉਹਨਾਂ ਨੂੰ ਚੋਣ ਲੜਾ ਦਿਓ। ਇਹ ਸ਼ੁਰੂ ਸੁਖਬੀਰ ਨੇ ਕੀਤਾ ਸੀ ਵੈਸੇ, ਠੀਕ ਹੈ, ਜਦੋਂ 57-58 ਸੀ ਨਾ, 58 ਚਾਹੀਦੇ ਸੀ, ਮੋਗੇ ਤੇ ਤਲਵੰਡੀ ਸਾਬੋ ਤੋਂ ਅਸਤੀਫੇ ਦਵਾ ਕੇ ਜਦੋਂ ਟਿਕਟ ਦੇ ਕੇ ਜਿਤਾਏ ਸੀ, ਇਹਨਾਂ ਨੇ ਹੋਰ ਰਾਹ ਅਪਣਾ ਲਿਆ, ਜਿਹਦੇ ਕਰਕੇ ਇੱਕ ਇਹ ਬਣ ਗਿਆ ਵੀ ਯਾਰ ਜੇ ਨੇੜੇ ਤੇੜੇ ਲੱਗ ਗਈ ਮੋਦੀ ਸਰਕਾਰ ਉਹ ਬਣਾ ਲੈਣਗੇ, ਕਿਉਂਕਿ ਉਹਨਾਂ ਨੇ ਬਣਾਈਆਂ ਨੇ, ਘੱਟ ਗਿਣਤੀ 'ਚ ਹੁੰਦੇ ਹੋਏ ਸਰਕਾਰਾਂ ਬਣਾਈਆਂ ਨੇ, ਤੋੜੀਆਂ ਨੇ, ਉੱਤਰ ਪੂਰਬ 'ਚ ਵੀ ਬਣਾਈਆਂ, ਗੋਆ 'ਚ ਵੀ ਬਣਾਈਆਂ, ਹੋਰਾਂ ਥਾਵਾਂ ਵੀ ਕੀਤਾ, ਤੇ ਆਪਣਾ ਕਰਨਾਟਕ ਦੇ ਵਿੱਚ, ਹਾਂਜੀ, ਆਪਣਾ ਮਹਾਰਾਸ਼ਟਰ 'ਚ ਵੀ ਮਹਾਰਾਸ਼ਟਰ ਵਾਲਾ ਤੁਹਾਡੇ ਸਾਹਮਣੇ। ਇਸੇ ਤਰ੍ਹਾਂ ਉਹਨਾਂ ਨੇ ਜਿਹੜੀਆਂ ਓਰੀਜਨਲ ਪਾਰਟੀਆਂ ਨੂੰ ਨਾਲ ਜੋੜਿਆ, ਉਹਨਾਂ ਪਾਰਟੀਆਂ ਨੂੰ ਉਹਨਾਂ ਨੇ ਖਤਮ ਕਰਨ ਵਾਲੀ ਦਿਸ਼ਾ ਵੱਲ ਧੱਕੇ। ਸ਼ਿਵ ਸੈਨਾ ਦੇਖ ਲਓ ਤੁਸੀਂ, ਅਕਾਲੀ ਦਲ ਦੇਖ ਲਓ, ਤੇ ਨਿਤੀਸ਼ ਬਚ ਗਿਆ ਇੱਕ, ਕਿਉਂਕਿ ਇੱਕ ਗੱਲ ਉਹਦੇ ਸਾਹਮਣੇ ਆ ਗਈ ਸੀ। ਸੋ ਤੁਸੀਂ ਜਿਹੜੀ ਤੁਸੀਂ ਗੱਲ ਕਰਦੇ ਸੀ ਨਾ, ਚਿਹਰੇ ਦੀ ਸਿਆਸਤ ਹੁੰਦੀ ਆ, ਇਹ ਸਭ ਤੋਂ ਖਤਰਨਾਕ ਹੁੰਦੀ ਆ। ਜਦੋਂ ਤਾਕਤਾਂ ਦਾ ਕੇਂਦਰੀਕਰਨ ਹੋਵੇ, ਚਿਹਰੇ ਦੀ ਸਿਆਸਤ ਆਵੇ, ਤਾਂ ਵਿਚਾਰ ਪਿੱਛੇ ਚਲੇ ਜਾਂਦੇ ਨੇ। ਇਸੇ ਕਰਕੇ ਜਿਹੜਾ ਇਹ ਇੰਡੀਆ ਗਠਜੋੜ ਆ, ਐਤਕੀ ਇਹ ਚਿਹਰੇ ਦੀ ਸਿਆਸਤ 'ਚ ਫਸਣ ਤੋਂ ਬਚਿਆ। ਦੂਜਾ, ਜਦੋਂ ਤੱਕ ਇੰਡੀਆ ਗਠਜੋੜ ਬਣਿਆ ਸੀ, ਕਾਂਗਰਸ ਨੇ ਆਪਦੇ ਆਪ ਨੂੰ ਪਿੱਛੇ ਰੱਖਿਆ। ਫਿਰ ਬਸ ਇਹ ਕਹਿਣਾ ਜ਼ਰੂਰੀ ਨਹੀਂ ਪ੍ਰਧਾਨ ਮੰਤਰੀ ਕਾਂਗਰਸ ਵੱਲੋਂ ਹੋਵੇ, ਇਹ ਕਹਿਣਾ ਰਾਹੁਲ ਦਾ ਵੀ ਮੈਂ ਤਾਂ ਇਸ ਰੇਸ ਦਾ ਘੋੜਾ ਨਹੀਂ ਪ੍ਰਧਾਨ ਮੰਤਰੀ ਦਾ। ਪਰ ਜਿਹੜੀਆਂ ਆਹ ਚੋਣਾਂ ਆਈਆਂ ਨੇ, ਇਹਦੇ ਵਿੱਚ ਕਾਂਗਰਸ ਦੀ ਐਰੋਗੈਂਸੀ ਸਾਫ ਦਿਸੀ ਆ, ਖਾਸ ਕਰਕੇ ਜਿਹੜਾ ਮੱਧ ਪ੍ਰਦੇਸ਼ ਵਾਲਾ ਕਮਲਨਾਥ, ਮਤਲਬ ਜਿਵੇਂ ਉਹਨੇ ਅਖਿਲੇਸ਼ ਦਾ ਮਜ਼ਾਕ ਉਡਾਇਆ, ਅਖਿਲੇਸ਼ ਪਖਿਲੇਸ਼ ਕਿਹਾ ਵੀ ਕੌਣ ਹੁੰਦਾ ਹੈ, ਇਹਦੇ ਨਾਲ ਇਫੈਕਟ ਪੈਂਦਾ ਫਿਰ। ਤੇ ਇਸੇ ਤਰ੍ਹਾਂ ਰਾਜਸਥਾਨ 'ਚ ਕੀਤਾ ਉਹਨਾਂ ਨੇ, ਦੋਹਾਂ ਥਾਂ 'ਤੇ ਉਹੀ ਸਮੱਸਿਆ ਜਿਹੜੀ ਮੈਂ ਤੁਹਾਨੂੰ ਕਿਹਾ, ਪੀੜ੍ਹੀ ਬਦਲ ਦੀ ਸਮੱਸਿਆ। ਉਹ ਉੱਥੇ ਆਪਾਂ ਜ਼ਿਕਰ ਕਰ ਲਿਆ ਪਹਿਲਾਂ, ਠੀਕ ਹੈ, ਸਿੰਧੀ ਵਾਲਾ ਇੱਥੇ ਪਾਇਲਟ ਵਾਲੀ, ਜਦੋਂ ਚੋਣਾਂ ਹੋ ਕੇ ਹਟੀਆਂ, ਤੁਸੀਂ ਹੰਕਾਰ ਦੀ ਗੱਲ ਦੇਖੋ, ਗਹਿਲੋਤ ਕਹਿੰਦਾ ਮੈਂ 200 ਹਲਕੋਂ ਮੇਂ ਮੈਨੇ ਚੋਣ ਲੜੀ ਹੈ, ਪਾਇਲਟ ਕਹਿੰਦਾ ਕਿਸੇ ਬੰਦੇ ਨੇ ਨਹੀਂ ਚੋਣ ਲੜੀ, ਪਾਰਟੀ ਤੇ ਵਰਕਰਾਂ ਨੇ ਚੋਣ ਲੜੀ ਹੈ, ਵੱਖਰੇ ਮੇਂ ਉਹ ਸਾਫ ਨੇ। ਇਹੀ ਪੰਜਾਬ ਦੇ ਵਿੱਚ ਪ੍ਰੋਬਲਮ ਆ, ਜਿਹੜੀ ਮੌਜੂਦਾ ਕਾਂਗਰਸ ਆ ਬਦਲ ਨੂੰ ਤਿਆਰ ਨਹੀਂ ਜੀ, ਨਵੀਂ ਪੀੜ੍ਹੀ ਆ ਜਿਹੜੀ, ਤੁਹਾਨੂੰ ਪਤਾ ਕਿਸੇ ਨਾ ਕਿਸੇ ਰੂਪ 'ਚ ਖੁੰਝੀ ਲੱਗੀ ਰਹਿੰਦੀ। ਪੰਜਾਬ ਕਾਂਗਰਸ ਜ਼ਿਕਰ ਕਰਤਾ, ਸੁਖਜਿੰਦਰ ਰੰਧਾਵਾ ਨੂੰ ਇੰਚਾਰਜ ਲਾਇਆ ਸੀਗਾ, ਤਾਂ ਇਹਨਾਂ ਨੇ ਇੱਕ ਗੰਗਾਨਗਰ ਦੇ ਵਿੱਚ ਇੱਕ ਟਿਕਟ ਦਿੱਤੀ ਸੀ, ਉਹ ਵੈਸੇ ਕਹਿੰਦੇ ਨੇ ਵੀ ਉਹਨਾਂ ਨੂੰ ਕਿਡਨੀਆਂ ਖਰਾਬ ਸੀਗੀਆਂ, ਉਹ ਪਹਿਲਾਂ ਹੀ ਵੋਟਾਂ ਤੋਂ ਪਹਿਲਾਂ ਹੀ ਪੂਰੇ ਹੋ ਗਏ ਜਿਹੜੇ ਕੈਂਡੀਡੇਟ ਸੀ ਕਾਂਗਰਸ ਦੇ। ਅਤੇ ਵੀ ਜਿਹੜੀ ਸੁਖਜਿੰਦਰ ਰੰਧਾਵਾ ਦੀ ਬਤੌਰ ਇੰਚਾਰਜ ਜਿਹੜੀ ਕਾਰਗੁਜ਼ਾਰੀ ਹੈ, ਉਹ ਤੁਸੀਂ ਕਿੱਦਾਂ ਦੇਖਦੇ ਹੋ, ਕਿਉਂਕਿ ਉਹਨਾਂ ਦਾ ਵੀ ਕਾਫੀ ਜ਼ਿਕਰ ਰਿਹਾ। ਨਹੀਂ ਦੇਖੋ, ਇਹ ਪਾਰਟੀਆਂ ਦੇ ਇੰਚਾਰਜ ਨੇ, ਇਹਨਾਂ ਦਾ ਕਿੰਨਾ ਕੀ ਰੋਲ ਹੁੰਦਾ, ਕਿੰਨਾ ਕੁ ਦਖਲ ਹੁੰਦਾ, ਜਾਣੀ ਇੱਕ ਮੌਕੇ ਉਦੋਂ ਲੱਗਦਾ ਸੀ ਵੀ ਰੰਧਾਵੇ ਨੇ ਜਿਹੜਾ ਪਾਇਲਟ ਤੇ ਗਹਿਲੋਤ ਦੀ ਟਕਰਾਅ ਉਹਨੂੰ ਘਟਾਤਾ, ਇੱਕ ਮਿਨਿਸਟਰ ਹਟਾਤਾ ਸੀ, ਮਤਲਬ ਉਹ ਦੇਖਣ ਨੂੰ ਐਂ ਲੱਗਦਾ ਸੀ ਟਕਰਾਅ ਘਟ ਗਿਆ, ਇਦੋਂ ਵੱਧ ਜੀ ਕਿਵੇਂ ਹੈਂਡਲ ਕੀਤਾ। ਹੁਣ ਮੰਨ ਲਓ ਕਿਡਨੀ ਖਰਾਬ ਨਾ ਵੀ ਹੋਵੇ, ਮੌਤ ਤਾਂ ਕਿਸੇ ਦੀ ਫੇਰ ਵੀ ਹੋ ਸਕਦੀ ਹੈ, ਜੋ ਇਹ ਹਾਲਤ ਇਹ ਤਾਂ ਪਾਰਟੀ ਨੇ ਦੇਖਣਾ। ਪਰ ਇਹ ਠੀਕ ਹੈ, ਗੱਲਾਂ ਉਡਾਈਆਂ ਜਾ ਰਹੀਆਂ ਨੇ ਵੀ ਜਿਹੜਾ ਇੰਚਾਰਜ ਲਾਇਆ ਉਹ ਤਾਂ ਮਸਾਂ ਜਿੱਤਿਆ ਸੀ ਆਪ 250 ਵੋਟ ਤੇ, ਜਿਹੜਾ ਮੱਧ ਪ੍ਰਦੇਸ਼ ਦਾ ਇੰਚਾਰਜ ਲਾਇਆ ਹੁੱਡਾ, ਕੀ ਆ ਉਹਨਾਂ ਦਾ ਨਾਮ, ਹੁੱਡੀ ਅਸ਼ਾ, ਵੀ ਉਹ ਤਾਂ ਆਪ ਹਾਰੇ ਹੋਏ ਨੇ। ਇੰਨੀਆਂ ਜਿਹੀਆਂ ਗੱਲਾਂ ਫਿਰ ਦੇਖੋ ਆਟੇ ਦੇ ਨਾਲ ਪੜਿੱਥਣ ਤਾਂ ਲੱਗਦੀ ਹੈ। ਜਿਹੜਾ ਹੁਣ ਮੰਨ ਲਓ ਤੁਸੀਂ ਮੱਧ ਪ੍ਰਦੇਸ਼ ਦੀ ਗੱਲ ਕੀਤੀ, ਕਮਲਨਾਥ ਦੀ, ਰਾਜਾ ਵੜਿੰਗ ਵੀ ਉੱਥੇ ਗਏ ਸੀ ਤਾਂ ਉਹਨਾਂ ਨੇ ਉਹਨਾਂ ਨੂੰ ਕਲੀਨ ਚਿੱਟ ਵੀ ਦਿੱਤੀ ਸੀ 1984 ਦੇ ਜਿਹੜੇ ਕਤਲੇਆਮ ਦਾ ਇਲਜ਼ਾਮ ਲੱਗਦਾ ਕਮਲਨਾਥ 'ਤੇ। ਅਤੇ ਕਮਲਨਾਥ ਦੀ ਜਿਹੜੀ ਸਾਰੀ ਕੰਪੇਨ ਹੈ ਉਹ ਕੋਈ ਹਿੰਦੂਤਵਾ ਕੰਪੇਨ ਰਹੀ ਹੈ, ਜਿਹੜੀ ਮੱਧ ਪ੍ਰਦੇਸ਼ ਦੇ ਵਿੱਚ ਵੀ ਉਹਨਾਂ ਦੀ ਰਹੀ ਹੈ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਇਹ ਸਾਰਾ, ਮਤਲਬ ਕਿ ਬੀਜੇਪੀ ਅਤੇ ਕਾਂਗਰਸ 'ਚ ਕੋਈ ਫਰਕ ਹੈਗਾ ਮੱਧ ਪ੍ਰਦੇਸ਼ ਦਾ, ਜੇ ਆਪਾਂ ਇੱਕ ਐਗਜ਼ਾਮਪਲ ਲਾਈਏ? ਨਹੀਂ ਦੇਖੋ, ਜਿਹੜਾ ਤਾਂ ਰਾਹੁਲ ਗਾਂਧੀ ਗੱਲਾਂ ਲੈ ਕੇ ਆ ਰਿਹਾ, ਜਿਵੇਂ ਉਹਦੀ ਲੋਕ ਸਭਾ 'ਚ ਭਾਸ਼ਣ ਸੁਣੋ, ਭਾਰਤ ਚੀਜ਼ ਕੀ ਹੈ, ਇੰਡੀਆ ਦੇ ਯੂਨੀਅਨ ਆਫ ਸਟੇਟਸ, ਰਾਜਾਂ ਤੋਂ ਹੱਕ ਖੋਹੇ ਨਹੀਂ ਜਾ ਸਕਦੇ, ਜਾਂ ਹੋਰ ਸਾਰੀਆਂ ਗੱਲਾਂ, ਈਵਨ ਕਿਹਾ ਵੀ ਉਹਨਾਂ ਦਾ ਆਪਦਾ ਬੋਲੀ, ਆਪਦੀ ਸੱਭਿਆਚਾਰ ਆ, ਜੇ ਵੋ ਇਮਕਾ ਧਿਮਕਾ, ਪਰ ਇਹ ਜਿਹੜੀ ਉਹਨਾਂ ਦੀ ਵਿਚਾਰਧਾਰਾ ਇਹ ਹੇਠਾਂ ਟਰਾਂਸਲੇਟ ਨਹੀਂ ਹੋ ਰਹੀ। ਦੋ ਕਾਰਨ ਨੇ, ਇੱਕ ਤਾਂ ਆਈ ਬਹੁਤ ਲੇਟ ਆ ਜੀ, ਦੂਜਾ ਕਾਰਨ ਇਹ ਆ ਵੀ ਜਿਹੜੇ ਸਟੇਟਾਂ ਦੇ ਵਿੱਚ ਇਹਨਾਂ ਦਾ ਸਟਰਕਚਰ ਵੀ ਖਤਮ ਹੋਇਆ ਹੋਇਆ, ਟੁੱਟਿਆ ਹੋਇਆ ਬਹੁਤ ਬੁਰੀ ਤਰ੍ਹਾਂ, ਮਤਲਬ ਪਾਰਟੀ ਦੀਆਂ ਚੋਣਾਂ ਹੁੰਦੀਆਂ, ਨੋਮੀਨੇਟ ਹੁੰਦੀਆਂ, ਪਾਰਟੀਆਂ ਨਹੀਂ ਬਣਦੀਆਂ, ਧੜੇਬਾਜ਼ੀ ਬਹੁਤ ਆ, ਬਿਨਾਂ ਕਹੇ ਵੀ ਬਹੁਤ ਸਾਰੀ ਧੜੇਬਾਜ਼ੀ ਹੈਗੀ ਆ। ਮੋਦੀ ਦੀ ਹਿੰਦੂਤਵਾ ਨਾਲੋਂ ਸਪਸ਼ਟ ਨਖੇੜਾ ਨਹੀਂ ਹੋ ਸਕਿਆ ਇਹਨਾਂ ਵੱਲੋਂ ਅਮਲੀ ਤੌਰ 'ਤੇ,
जिदे करके नरम हिंदुत्वा के पाले च लड़े ने गर्म हिंदुत्वा जिदे बच्चे पहला फेल होंगे आए ने उत्थे जिहड़ा जिहड़ा मोदी की वैसे फेलूअर आ वह भी उन्हें जोर नाल नहीं लैके आए ये भी 15 लाख काला धन वापस लैके आवेंगे 2 करोड़ नौकरियां देवे आ देवे ये ज्यादा गरंटियां के चक्कर चुल जाएगी। बाकी देखो रिस्पोंस सिस्टम पंजाब का हो रहा राजस्थान का हो रहा अड्ड सूबे का रिस्पोंस सिस्टम भी हो रहा ना भी गरंटियां कोई किवें लैंदा चोण मैनीफेस्टो तो बड़े सवाल लग गए लीगल डाकूमेंट बनाओ इन्होंने झकानी देती गरंटियां हुण राज सरकार चुननी आ गरंटी मोदी दे रहा हाँ मतलब अपने आप तुसीं देखो ना जी इहदा मतलब डबल इंजन की सरकार हो उत्थे सेंटर जिहड़ा कम करन दो जिथे नहीं उत्थे राजपाल भी उड़के लाउणगे ते सरकारां भी कोई हथ घट लिया फंड बंद करता घट देता वध देता क्योंकि निर्भर है सारा कुछ लगता भी रीजनल लीडरशिप जिहड़ी आ चाहे नैशनल पार्टियां दी भी उहनूं भी उभरन नहीं दिता जा रहा। देखो भाजपा च तां खत्म किया जा रहा कांग्रेस ने पहला खत्म की हुई है पर कांग्रेस ने यह चोण लड़ी है मुख्य तौर पर रीजनल लीडर के आसरे जिहे जे भी है उत्थे गैप यह है भी जो पीढ़ी बदल होना चाहिए थे उदू पहला नवीं फोर्सा नवे विचार क्यों ग्रास छेती करते हैं अड़का लग्या अड़का लग्या। तो जो आप आम आदमी पार्टी का देखिए आम आदमी पार्टी भी बड़े जोरों शोरों गई सी गुजरात इलैक्शन भी आप पहला भी देखा हूँ फिर मतलब कि इन्होंने इतों हैलीकॉप्टर भी जाते रहे या कई गेड़े क्ढे तो तुम की समझते हो आप परफॉर्मेंस ना देख सकते देखो ये पार्टी यही जी आ जिदी कोई साफ विचारधारा नहीं आप भी कहते हैं भी मौके पर अभी तो तीर तुक्का लाने भी जी गल ठीक है प्रैगमेंटिक कहने प्रैगमेटिक अप्रोच है इन्हों विचारधार तौर पर मोदी वाले कैंप च ने मतलब तुम जिन्ने व्डे संकल्प लै लो ईवन एक देश एक चोण की भी एक कौम एक चोण की भी हिमायत करती गाह भी कहता भी सिक्ख्या नीति चाहिए सेहत चाहिए है उदू भी 2 कदम अगे वध के की है हुण पंजाब की एक सिचुएशन होर सी मतलब जिथे लोग अके तो सते पे से बदल चाहते दिल्ली दे विच भी समस्या आई सी भी गरीब लोग से जिहड़े सहूलतों तो तरस रहे वोटां भी बंद हो पाते हैं इन्होंने वो उत्थे वरत्या उत्थे उस तरह का सांझा मौजूद भी है नहीं बण बण की लकड़ी कट्ठी हुई आ जिन्हां दी बोली सभ्याचार अड अडा वो व्यक्तिगत तौर पर ज्यादा देखते हैं मतलब समूह जो वर्तारा होंगे वह घट देखते हैं पंजाब दे विच समूह तौर पर सोचते हैं आम तौर पर इन्होंने फिर जो देख लिया भी पहले ना तो बदल नूं तैयार ने ना सुधरन नूं तैयार ने इस करके ठीक है यार नवा बदल देखो इन्हां नालों माड़े तो नहीं होणगे जो उन्होंने सोचा उस मौके इतिहासक फैसले दिता पर दूजे सूबे दीआं गल्लां होर ने तुसीं दिल्ली मॉडल दिखा के पंजाब दे मॉडल नूं तबाह कर रहे हो क्लीनिकां दा मॉडल दिखा के सेहत सिस्टम नूं तबाह कर रहे हो आ जिहड़े स्कूल का मॉडल दिखा के स्कूल सिक्ख्या नूं तबाह कर रहे हो 3 दक्षिणी राज्यां ने सिक्ख्या नीति रद्द करती ते पंजाब भी यूनिवर्सिटी दे विच उहदे उहनूं लागू करन दे ओह हो रहे ने सम्मेलन कोई किते विचार होई आ पंजाब च चाहे कामरेडां वल्लों किसी वालों भी सिक्ख्या नीति बनता सरकार दा ही सी सरकार दा बनता पर जिहड़े दूजे ने खिडारी उहनां दा भी विचारधारक तौर ते बनदा ना जी खास करके खब्बे पक्षियां दा क्योंकि संविधान तां उहनां दे इही लिखिआ होइआ इंडिया दे मल्टीनेशनल कंट्री बहुकौमी देश आ जे बहुकौमी देश ना हुंदा फिर की हुंदा फिर उही हुंदा जिहड़ा हुण इह कर रहे ने बिल्कुल। सो इस हालत दे विच मैनूं इह लगदा वी आम आदमी पार्टी ने जिहड़ा पंजाब मॉडल उत्थे वेचणा चाहिआ बाकी सिस्टम तबाह किया जा रहा है हक च बोलदा दिखा दो पंजाब दा एक भी अर्थशास्त्री जो इन्हां दी आर्थिक नीतियां ने जिहदे आधार कहिंदे ने 70,000 करोड़ करजा ले लिया लिमिट वधाउण दी भी गल कर ली उहदे बारे हक च बोलदा दिखा दो। बहुत सारे लोगों ने यह इतराज़ उठाया कि जिहड़ा सारा प्रचार किया गया उहदे विच पंजाब दे रिसोर्सिस दी वरतों हुई है जी पंजाब दे देखो पंजाब दे कल्ला रिसोर्सिस दी वरतों हुण नहीं हुई पंजाब दीआं राज सभा सीटां नहीं लुट्टियां पंजाब दे विच जिहड़ा सारा सिस्टम चल रिहा नीति तां किते नहीं ना बदली जिहड़ा उह कहिंदा सी मैं 34,000 कढूंगा सरकारी खजाने चों जिहड़ा वध खर्च हुंदा पुल दे टेंडर दी गल करके उत्थे तां किते फर्क नहीं ना पिया ते उह पैसा फिर हुण जांदा किथे आ हर एक मंत्री दे मोढ़े ते 2 चित्रगुप्त बिठाए हुए ने जी
जिहड़े सारे फैसले लै रहे ने कर रहे ने, जिहड़ा मंत्री माड़ा मोटा गठसाला, जिहड़ा सिद्धी घर दिल्ली नूं वल नहीं तोरदा, जिन्हां नूं ऐ कहा जांदा सी वी यार इह बंदे कुछ हैगे ने मुकाबलतन, तजर्बेकार भी ने गठसाले ने, हर इक दे खंभ कट के ऐ बिठा दित्ता जांदा आले दुआले। अमित हेर नाल की होई आ ते अपने उहदे नाल ਜਿਹੜਾ ਜਿਹਨੂੰ ਸੰਕਟ ਮੋਚਨ ਕਹਿੰਦੇ ਸੀ ਸਾਡਾ ਪੁਰਾਣਾ ਸਾਥੀ ਕੁਲਦੀਪ ਧਾਲੀਵਾਲ ਨਾਲ ਕੀ ਹੋਈ ਆ, ਅਮਨ ਅਰੋੜੇ ਨਾਲ ਕੀ ਹੋਈ ਆ, ਤੇ ਆਪਣੇ ਜਿਹੜੇ ਅੰਮ੍ਰਿਤਸਰ ਵਾਲੇ ਸੀ ਸਥਾਨਕ ਸਰਕਾਰਾਂ ਦੇ ਮੰਤਰੀ ਉਹਨਾਂ ਨਾਲ ਕੀ ਹੋਈ ਆ। ਸੋ ਇਹ ਇਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰਾਂ ਇੱਕ ਤਾਂ ਇਹ ਕਹਿੰਦੇ ਨਵੇਂ ਆ, ਚਲੋ ਮੰਨ ਲਿਆ ਨਵੇਂ ਆ, ਤੁਸੀਂ 6-6 ਮਹੀਨੇ ਬਾਅਦ ਮਹਿਕਮੇ ਬਦਲੀ ਜਾਂਦੇ ਹੋ, ਉੱਥੇ ਲਿਆ ਕੇ ਫਿਰ ਨਵਾਂ ਬਿਠਾ ਦਿੰਦੇ ਹੋ ਜਿਹਨੂੰ ਕੋਈ ਤਜਰਬਾ ਨਹੀਂ, ਇਹਦਾ ਮਤਲਬ ਉਹਨੂੰ ਕੋਈ ਹੋਰ ਅਧਿਕ ਸ਼ਕਤੀ ਚਲਾਉਂਦੀ ਆ। ਵੱਡੇ ਪੱਧਰ ਤੇ ਤੁਸੀਂ ਅਫਸਰ ਲਿਆਈ ਜਾਂਦੇ ਹੋ, ਉੱਥੇ ਵੱਡੇ ਪੱਧਰ ਤੇ ਪਨ ਮੀਡੀਆ ਦੇ ਵਿੱਚ ਤੁਸੀਂ ਆਪਦੇ ਸਾਰਾ ਲੋਕ ਸੰਪਰਕ ਕਿੱਥੇ, ਹੈਲੀਕਾਪਟਰਾਂ ਦਾ ਬੜਾ ਰੌਲਾ ਪਿਆ ਜੀ। ਦੇਖੋ ਦੋ ਗੱਲਾਂ ਨੇ, ਹੈਲੀਕਾਪਟਰ ਚੋਣ ਜਾਬਤਾ ਲੱਗਣ ਤੋਂ ਬਾਅਦ ਤਾਂ ਨਹੀਂ ਵਰਤਿਆ ਜਾ ਸਕਦਾ ਸਰਕਾਰੀ, ਉਦੋਂ ਪਹਿਲਾਂ ਸਾਰੇ MLA ਗਏ ਨੇ ਗੁਜਰਾਤ 'ਚ, ਪੰਜਾਬ ਦਾ ਜਹਾਜ਼ ਵਰਤਿਆ, ਬਿਲਕੁਲ ਵਰਤਿਆ। ਜਿਹੜੇ ਪ੍ਰਾਈਵੇਟ ਜੈੱਟ ਵੀ ਵਰਤੇ ਨੇ ਜਾਂ ਇਹਦੇ ਚੋਣ ਪ੍ਰਚਾਰ ਲਈ ਗਏ ਨੇ, ਉਹ ਫਿਰ 2 ਨੰਬਰ ਦਾ ਪੈਸਾ ਨਾ ਜੀ। ਜਿਹੜਾ ਇਹ ਕਹਿੰਦੇ ਆ ਵੀ ਉਹ ਜੀ ਇੱਕ ਅਮਰੀਕਾ ਦੀ ਕੰਪਨੀ ਨੂੰ ਦੇ ਤਾ ਜੀ ਨਵੀਂ ਖੇਤੀ ਨੀਤੀ ਤਿਆਰ ਕਰਨ ਲਈ, ਆਹ ਆਟਾ ਦਾਲ ਸਕੀਮ ਆ ਜੀ ਅਸੀਂ ਘਰ ਘਰ ਵੰਡਿਆ ਕਰਾਂਗੇ, ਇਹਦੀਆਂ ਇਹਦੀਆਂ ਪੰਗੇ ਕੀ ਨੇ? ਇਹਦਾ ਮਤਲਬ ਜਿਹੜੀਆਂ ਸਥਾਨਕ ਚੱਕੀਆਂ ਨੇ ਉਹ ਆਊਟ ਹੋ ਗਈਆਂ, ਵੱਡੀ ਕਿਸੇ ਫਲੋਰ ਮਿਲਾਂ ਨਾਲ ਟੈਂਡਰ ਪੈ ਜਾਣਗੇ, ਉੱਥੇ ਹੀ ਪੈਕਿੰਗ ਹੋਊ, ਫਿਰ ਕੋਈ ਕੰਪਨੀਆਂ ਹੋਣਗੀਆਂ ਜਿਹੜੀਆਂ ਵੰਡ ਵੰਡੀਆਂ, ਜਿਹੜਾ ਪਹਿਲਾਂ ਸਿਸਟਮ ਆ ਉਹਨੂੰ ਤਾਂ ਰੈਕ ਕਰਤਾ, ਤੋੜਤਾ, ਬਿਲਕੁਲ ਇੱਕ ਕਮਿਸ਼ਨ ਵਾਲਾ ਸਿਸਟਮ ਤੁਸੀਂ ਸਾਹਮਣੇ ਲਿਆਂਦਾ। ਮਤਲਬ ਤੁਸੀਂ ਜਿਹੜਾ ਤੁਹਾਨੂੰ ਲੱਗਦਾ ਪੰਜਾਬ 'ਚ ਕਿਸੇ ਨੇ ਮੰਗ ਕੀਤੀ ਸੀ ਸਾਨੂੰ ਘਰ ਘਰ ਪਹੁੰਚਾਓ ਜੀ ਰਾਸ਼ਨ, ਮਤਲਬ ਪੰਜਾਬ ਦਾ ਨਹੀਂ ਲੰਗਰ ਚੱਲਦੇ ਨੇ ਜੀ, ਨਹੀਂ ਲੰਗਰ ਵੀ ਚੱਲਦੇ ਨੇ ਉਹ ਇੱਕ ਵੱਖਰੀ ਗੱਲ ਆ, ਮਤਲਬ ਰਾਸ਼ਨ ਡਿਪੂ ਕੋਲੇ ਨੇ ਸਭ ਦੇ, ਕੋਈ ਐਂ ਥੋੜ੍ਹਾ ਮਤਲਬ ਵੀ ਲੋਕ ਇੰਨੇ ਰੁਝੇ ਹੋਏ ਨੇ ਜਾਂ ਦਿੱਲੀ ਵਾਂਗੂ ਵਰਕ ਫੋਰਸ ਆ ਵੀ ਛੁੱਟੀ ਨਹੀਂ ਮਿਲਦੀ, ਸਾਰੇ ਕੰਮੇ ਨੇ ਆਪਣੇ ਤਾਂ ਵਿਹਲੇ ਬਹੁਤ ਆ, ਤੁਹਾਨੂੰ ਪਤਾ। ਮਤਲਬ ਤੁਸੀਂ ਇੱਕ ਸਿਸਟਮ ਨੂੰ ਤੋੜ ਕੇ ਨਵਾਂ ਲਿਆਉਣਾ ਜਿਹਦੇ ਵਿੱਚ ਵੱਡਾ ਕਮਿਸ਼ਨ ਆ, ਵੱਡੇ ਘਪਲੇ ਨੇ, ਜਵਾਬਦੇਹੀ ਕੋਈ ਨਹੀਂ। ਸੋ ਇਸ ਕਰਕੇ ਪੰਜਾਬ ਆ ਜਿਹੜਾ ਵਧਜਨ ਹੋਇਆ ਹੋਇਆ, ਠੀਕ ਹੈ, ਜੋ ਮੈਨੂੰ ਲੱਗਦਾ। ਤਾਂ ਜੇ ਆਪਾਂ ਇਹ ਸਮਝੀਏ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਭਗਵੰਤ ਮਾਨ ਨੇ ਉਹ ਬੋਲੇ ਨੇ, ਮਤਲਬ ਕਿ ਉਹਨਾਂ ਨੇ ਭਾਜਪਾ ਦੇ ਅਗੇਂਸਟ ਕਾਫੀ ਟੋਨ ਰੱਖੀ ਹੋਈ ਹੈ ਕੇਂਦਰ ਸਰਕਾਰ ਦੇ ਅਗੇਂਸਟ, ਕਿ ਅਸੀਂ ਕਿਸੇ ਤੋਂ ਮੰਗਣ ਨਹੀਂ ਜਾਣਾ, ਪੰਜਾਬ ਜਿਹੜਾ ਹੈਗਾ ਆਪਣੇ ਆਪ ਜੋਗਾ ਹੋ ਰਿਹਾ, ਅਤੇ ਜਿਹੜੇ ਭਾਜਪਾ ਦਾ ਵਸ ਚੱਲੇ ਤਾਂ ਇਹ ਜਨ ਗਨ ਮਨ ਦੇ ਵਿੱਚੋਂ ਵੀ ਪੰਜਾਬ ਕੱਢ ਦੇਣ, ਤਾਂ ਤੁਸੀਂ ਸਮਝਦੇ ਹੋ ਕਿ ਪੰਜਾਬ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰ ਰਹੇ ਨੇ? ਨਹੀਂ, ਪੰਜਾਬ ਦੇ ਹੱਕਾਂ ਨੂੰ ਬੇਦਾਵਾ ਦੇ ਰਿਹਾ। ਮੰਗਣ ਸਾਡਾ ਹੱਕ ਆ, ਸਾਡੇ ਸਾਰੇ ਟੈਕਸ ਉਹ ਇਕੱਠੇ ਕਰਕੇ ਲੈ ਜਾਂਦੇ ਨੇ, ਸਾਡਾ ਹੱਕ ਆ, ਉਹਨੂੰ ਅਸੀਂ ਕਿਉਂ ਕਹਿੰਦੇ ਅਸੀਂ ਮੰਗਣ ਨਹੀਂ ਜਾਣਾ? ਫਿਰ ਤੁਹਾਡੇ ਪੱਲੇ ਨਹੀਂ ਢੇਲਾ, ਕਰਦੀ ਮੇਲਾ ਮੇਲਾ, ਖਜ਼ਾਨਾ ਭਰਿਆ ਹੋਇਆ, ਸਾਰੇ ਮੁਲਾਜ਼ਮ ਸੜਕਾਂ 'ਤੇ ਕਿਉਂ ਨੇ ਜੀ? ਮਿਨਿਸਟਰੀਅਲ ਸਟਾਫ ਆ ਜਿਹੜਾ 26 ਦਿਨਾਂ ਤੋਂ ਹੜਤਾਲ 'ਤੇ ਆ, ਅਤੇ ਜਿਹਦੇ ਨਾਲ ਦਫ਼ਤਰ ਜਾਮ ਨੇ, ਸਵਾਲ ਆ ਗਿਆ ਤਨਖਾਹਾਂ ਨਹੀਂ ਪੈ ਰਹੀਆਂ, ਉਹੀ 77 ਤਾਂ ਜਿਹਨੇ ਫੁੱਲਾਂ ਦੀ ਵਰਖਾ ਕੀਤੀ ਸੀ, ਅਤੇ ਐਤਕੀ ਕੀ ਕੀਤਾ, ਮੁਰਦਾਬਾਦ ਦੇ ਨਾਰੇ ਲਾਏ ਨੇ ਨਾ। ਫਿਰ ਜੇ ਤੁਹਾਨੂੰ ਕੰਧ 'ਤੇ ਲਿਖਿਆ ਨਹੀਂ ਪੜਿਆ ਜਾਂਦਾ, ਫਿਰ ਤੁਸੀਂ ਡਾਂਗ ਫੇਰਨੀ ਸ਼ੁਰੂ ਕਰਤੀ ਜੀ। 57 ਪਿੰਡ 'ਚ ਜੇ ਮੁਜ਼ਾਹਰਾ ਕਰਦੇ ਨੇ, 144 ਲੱਗੀ ਹੋਈ, ਤੁਸੀਂ ਡਾਂਗਾਂ ਫਿਰ ਡਾਂਗਾਂ ਵੀ ਤੁਸੀਂ ਐਂ ਫੇਰਦੇ ਹੋ, ਐਂ ਨਹੀਂ ਵੀ ਕਿਸੇ ਥਾਂ ਤੋਂ ਖੇਤਾਂ ਦੇ ਵਿੱਚ ਭੱਜ ਭੱਜ ਕੇ ਪਿੱਛੇ ਤੁਸੀਂ ਉਹਨਾਂ ਨੂੰ ਕੁੱਟ ਰਹੇ ਹੋ, ਕਿਸਾਨਾਂ ਨੂੰ ਤੁਸੀਂ ਧਮਕੀਆਂ ਦੇ ਰਹੇ ਹੋ। ਹੁਣ ਤਾਂ ਇਹਦਾ ਹਾਲ ਇਹ ਆ ਵੀ ਇਹਦੀਆਂ ਪੁਰਾਣੀਆਂ ਵੀਡੀਓ ਜਦੋਂ ਲੋਕ ਚਲਾਉਂਦੇ ਨੇ ਨਾ, ਐਂ ਲੱਗਦਾ ਆਪਦੀ ਸਰਕਾਰ ਦੇ ਖਿਲਾਫ਼ ਬੋਲ ਰਿਹਾ। ਸੋ ਇਸ ਕਰਕੇ ਭਗਵੰਤ ਮਾਨ ਜਿਹੜੀ ਸਿਆਸਤ ਲਿਆ ਰਿਹਾ, ਅਸਲ 'ਚ ਇਹ ਮੁੱਖ ਮੰਤਰੀ ਦੇ ਕੈਲੀਬਰ ਦਾ ਬੰਦੇ ਨਹੀਂ, ਮਤਲਬ ਹਾਸਲ ਕਰ ਸਕਦਾ ਹੁੰਦਾ ਬੰਦਾ, ਜਿਹੜਾ ਮੈਂ ਤੁਹਾਨੂੰ ਕਿਹਾ ਨਵਾਂ ਕੋਈ ਮਾੜੀ ਗੱਲ ਨਹੀਂ, ਪਰ ਉਹ 'ਚ ਅਰਜ਼ ਹੋਵੇ ਸਿੱਖਣ ਅਤੇ ਸਿਖਾਉਣ ਦੀ, ਜਦੋਂ ਇਹ ਅਰਜ਼ ਨਹੀਂ, ਜਦੋਂ ਕਹਿੰਦਾ ਮੈਨੂੰ ਸਾਰਾ ਕੁਛ ਪਤਾ। ਅਸਲ ਕਿਸਾਨ ਵੀ ਇਹ ਕਹਿੰਦੇ ਨੇ ਜਦੋਂ ਅਸੀਂ ਜਾਂਦੇ, ਕਹਿੰਦਾ ਹਾਂ ਠੀਕ ਆ, ਬਿਲਕੁਲ ਮੈਨੂੰ ਪਤਾ, ਬਿਲਕੁਲ ਕਰਾਂਗੇ, ਕਰਦਾ ਕੱਖ ਨਹੀਂ। ਉਦੋਂ ਕਹਿੰਦਾ ਅਸੀਂ ਧਰਨੇ ਲਾ ਕੇ ਮੀਟਿੰਗ ਲੈਣੀ ਪੈਂਦੀ ਹੈ, ਹੁਣ ਵੀ ਧਰਨੇ ਲਾ ਕੇ ਮੀਟਿੰਗ ਲੈਂਦੇ ਨੇ, ਪਹਿਲੀ ਮੀਟਿੰਗ ਹੋ ਜਾਂਦੀ ਸੀ, ਮੀਟਿੰਗ ਵੀ ਨਹੀਂ ਕਰਦਾ। ਮਤਲਬ ਤੁਸੀਂ ਇਹਦਾ ਸਾਰੇ ਜਿਹੜੇ ਜਿਹੀ ਦੀ ਸਿਆਸਤ ਉਭਾਰ ਰਿਹਾ, ਤੁਸੀਂ ਦੇਖੋ ਉਹ ਅਰਬੀ ਘੋੜਿਆਂ ਦੀ ਗੱਲ ਕਿੱਥੇ, ਨਹੀਂ ਮੈਂ ਦੱਸੂ, ਮਤਲਬ ਤੁਸੀਂ ਉਸ ਲੈਵਲ ਦੀ ਸਿਆਸਤ ਹੈਗੀ ਹੈ ਜੀ। ਤਾਂ ਪਰ ਸੁਨੀਲ ਜਾਖੜ ਨੂੰ ਜਦੋਂ ਆਪਾਂ ਦੇਖਦੇ ਹਾਂ ਤਾਂ ਸੁਨੀਲ ਜਾਖੜ ਨੇ ਵੀ ਇਸ ਗੱਲ 'ਤੇ ਪੂਰਾ ਮਤਲਬ ਕਿ ਕੰਗਰੈਚੁਲੇਟ ਕੀਤਾ BJP ਨੂੰ, ਦੇਖੋ ਜੀ ਇਹ ਸਾਰਾ ਭੰਨਤਾ ਲੋਕਾਂ ਨੇ, ਵਿਕਾਸ ਦੀ ਰਾਜਨੀਤੀ, ਮੋਦੀ ਸਾਹਿਬ ਦੀ ਜਿਹੜੀ ਗਰੰਟੀ ਹੈ ਉਸ 'ਤੇ ਮੋਹਰ ਲੱਗ ਗਈ, ਅਤੇ ਉਹਨਾਂ ਨੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ 'ਤੇ ਵੀ ਹੋਰ 'ਤੇ ਵੀ ਕਮੈਂਟ ਦਿੱਤੇ ਨੇ ਕਾਫੀ ਸਖਤ, ਕਿ ਵੀ ਸਾਡੀ ਅਸੀਂ ਕਿਸੇ ਪੰਜਾਬ ਦੇ ਖਿਲਾਫ਼ ਨਹੀਂ ਹੈਗੇ, ਕਰਪਸ਼ਨ ਦੇ ਖਿਲਾਫ਼ ਹੈਗੇ ਹਾਂ, ਜਿਨ੍ਹਾਂ ਨੇ ਐਕਸਾਈਜ਼ ਪੋਲਿਸੀ 'ਚ ਕਰਪਸ਼ਨਾਂ ਕੀਤੀਆਂ ਨੇ। ਤਾਂ ਜਿਹੜਾ ਸੁਨੀਲ ਜਾਖੜ ਦਾ ਪੱਖ ਆ ਰਿਹਾ ਹੁਣ, ਉਹਨੂੰ ਆਪਾਂ ਕਿੱਦਾਂ ਪੜ੍ਹੀਏ?
ਇਹ 'ਚ ਦੋ ਗੱਲਾਂ ਨੇ। ਪਹਿਲਾ ਇੱਕ ਤੁਹਾਡੇ ਸਵਾਲ ਦਾ ਹਿੱਸਾ ਰਹਿ ਗਿਆ ਸੀ ਵੀ ਭਗਵੰਤ ਮਾਨ ਆ ਜਿਹੜਾ ਹੁਣ ਭਾਜਪਾ 'ਤੇ ਸੂਈ ਕਿਉਂ ਰੱਖ ਰਿਹਾ। ਅਸਲ ਗੱਲ ਆ ਇੱਕ ਇੰਪ੍ਰੈਸ਼ਨ ਚੱਲਿਆ ਗਿਆ ਪਹਿਲਾਂ ਵੀ ਭਗਵੰਤ ਮਾਨ ਨੇ ਤਾਂ ਅਮਿਤ ਸ਼ਾਹ ਨਾਲ ਸੀਟੀ ਰਲਾ ਲਈ ਅਤੇ ਦਿੱਲੀ ਵਾਲਿਆਂ ਨੇ ਉਹਨਾਂ ਨੇ ਨਾਟਕ ਸਾਣੇ ਸ਼ੁਰੂ ਕਰਤੇ, ਇਹ ਇੰਪ੍ਰੈਸ਼ਨ ਚੱਲਿਆ ਗਿਆ ਸੀ। ਦੂਜਾ ਭਾਜਪਾ ਨਾਲ ਲੜਾਈ ਹੋਣੀ ਉਹ ਸਿਆਸੀ। ਤੀਜਾ ਕਾਂਗਰਸ ਨਾਲ ਗੱਠਜੋੜ ਦੀ ਸੰਭਾਵਨਾ, ਜਿਹੜੇ ਦੋਹੇ ਮੋਢਿਆਂ ਤੋਂ ਦੀ ਥੁੱਕਦੇ ਸੀ, ਭਗਵੰਤ ਮਾਨ ਵੀ ਮੋਢਿਆਂ ਤੋਂ ਦੀ ਥੁੱਕ ਰਿਹਾ ਨਾ। 13+0+ਰੂੰਗਾ 14 ਦੀਆਂ 14 ਜਿੱਤ ਕੇ ਦੇਵਾਂਗੇ, ਕਹਿਣਾ ਚਾਹੀਦਾ ਹਰ ਇੱਕ ਨੂੰ। ਪਰ ਇਹ ਕਹਿਣ ਦਾ ਕੋਈ ਆਧਾਰ ਹੈ? ਅੱਜ ਤੱਕ ਕਿਸੇ ਨੇ 14 ਜਿੱਤੀਆਂ? ਉਹਨਾਂ ਵੇਲਿਆਂ 'ਚ ਵੀ ਜਦੋਂ ਅੰਦੋਲਨ ਵੀ ਸੀ, ਉਭਾਰ ਵੀ ਸੀ, ਅਕਾਲੀ ਦਲ ਵੀ ਸੀ, ਹੋਰ ਸਰ ਤੁਸੀਂ ਬੋਲੀ ਜਾਓ ਜੀ ਗੱਪ। ਮੋਦੀ ਤੇ ਇਹ ਦੋਹੇ ਚਾਚੇ ਮਾਸੀ ਦੇ ਪੁੱਤ ਲੱਗਦੇ ਨੇ ਮੈਨੂੰ, ਉਹ ਵੀ ਰੇੜੀ ਜਾਂਦਾ ਰੇੜੀ ਜਾਂਦਾ ਰੇੜੀ ਜਾਂਦਾ, ਇਹ ਵੀ ਰੇੜੀ ਜਾਂਦਾ, ਉਸੇ ਤਰ੍ਹਾਂ ਦੀਆਂ ਗੱਲਾਂ। ਸੋ ਉਹ ਫਰਕ ਨੂੰ ਮਿਟਾਉਣ ਲਈ, ਮਤਲਬ ਦੂਜਾ ਇਹ ਆ, ਉਹ ਜਿਹੜੀ ਹਨੂੰਮਾਨ ਦੀ ਪੂਛ ਵਾਂਗੂ ਉਹ ਪੰਜਾਬ 'ਚ ਆ ਗਈ ਨਾ, ਸ਼ਰਾਬ ਨੀਤੀ। ਦੋ ਅਫਸਰਾਂ ਤੋਂ ਮੁਕੱਦਮਾ ਚਲਾਉਣ ਦੀ ਇਜਾਜ਼ਤ ਮੰਗੀ ਆ CBI ਨੇ ਪੰਜਾਬ ਤੋਂ। ਇਹ ਜਿਹੜੇ ਕਹਿੰਦੇ ਸੀ ਜ਼ੀਰੋ ਟੋਲਰੈਂਸ ਆ, ਕਿਉਂ ਨਹੀਂ ਇਜਾਜ਼ਤ ਦਿੱਤੀ ਜੀ ਉਹਨਾਂ ਬਾਰੇ? ਜੇ ਅਫਸਰਾਂ 'ਤੇ ਇਹ ਆਉਂਦਾ, ਜੇ ਉਹ ਹੋਏ ਠੀਕ ਆ, ਬਰੀ ਹੋ ਕੇ ਨਿਕਲ ਜਾਣਗੇ। ਤੁਸੀਂ ਪਹਿਲਾਂ ਕਹਿੰਦੇ ਸੀ ਨਾ ਇਜਾਜ਼ਤ ਨਹੀਂ ਦਿੰਦੇ, ਹਾਲੇ ਤੱਕ ਵੀ ਜਿਹੜਾ ਇਰੀਗੇਸ਼ਨ ਘਪਲਾ ਉੱਥੇ ਘਿਰਿਆ ਫਿਰਦਾ। ਮਤਲਬ ਕੀ ਬਣਿਆ ਉਹ ਸਾਰੇ ਕਾਂਡ ਦਾ? ਜਿਹੜਾ ਕਾਂਡ ਦੇ ਵਿੱਚ ਸਿਆਸਤਦਾਨ ਅਫਸਰ ਸ਼ਾਹ ਅਤੇ ਮਾਇਆਧਾਰੀ ਸ਼ਾਮਲ ਨੇ, ਉਹਨਾਂ ਦੀ ਘਪਲਿਆਂ ਦੀ ਤਾਂ ਜਾਂਚ ਬੰਦ ਕਰਤੀ, ਬੰਦਿਆਂ ਦੀ ਜਾਂਚ ਸ਼ੁਰੂ ਕਰ ਲਈ। ਬੰਦਿਆਂ ਨੇ ਕਰਪਸ਼ਨ ਕੀਤੀ ਹੋ, ਅਜੇ 'ਚ ਕੀ ਰੌਲਾ? ਮਤਲਬ ਫੜੀ ਜਾ ਉਹਨਾਂ ਨੂੰ, ਜਦੋਂ ਸਿਰੇ ਲੱਗਣਗੀਆਂ ਕਰਪਸ਼ਨ ਉਦੋਂ ਪਤਾ ਲੱਗ ਜੂ ਜੀ। ਸੋ ਇਸ ਕਰਕੇ ਜਿਹੜਾ ਸੁਨੀਲ ਕੁਮਾਰ ਜਾਖੜ ਜੀ ਬੋਲਿਆ, ਦੇਖੋ ਜਿੱਤੇ ਨੇ, ਆਪਾਂ ਇਹਦੀ ਵਿਆਖਿਆ ਦੇ ਦਿਓ। ਹੁਣ ਵਿਆਖਿਆ ਤਾਂ ਇਹ ਵੀ ਹੈ ਵੀ ਕੁੱਲ ਵੋਟਾਂ ਤੁਸੀਂ ਦੇਖ ਲਓ, 10 ਲੱਖ ਵੋਟਾਂ ਕਾਂਗਰਸ ਨੂੰ ਵੱਧ ਪਈਆਂ ਨੇ, ਪਰ ਜਿਹੜਾ ਜਿੱਤ ਗਿਆ ਜੀ ਉਹ ਤਾਂ ਜਿੱਤ ਗਿਆ ਨਾ ਜੀ। ਮਤਲਬ ਵਿਆਖਿਆ ਮੈਂ ਸਾਰੀਆਂ ਗੱਲਾਂ ਦੀਆਂ ਹੁੰਦੀਆਂ ਨੇ, ਵਾਲਕ ਭਰਦੇ ਫਰਕ ਨਾਲ। ਇਸ ਗੱਲ ਨਾਲ ਮੋਦੀ ਨੂੰ ਬੂਸਟ ਮਿਲੂਗਾ, ਪਰ ਇਹ ਝਟਕੇ ਤੋਂ ਜੇ ਸਿੱਖ ਲੈਣ ਸਾਰੇ ਤਾਂ ਮੁੜ ਕੇ ਟੱਕਰ ਦੇਣ ਦੇ ਸਮਰੱਥ ਜਾਂ ਕਾਮਯਾਬ ਵੀ ਹੋ ਜਾਣਗੇ। ਦੇਖੋ ਦੋ ਗੱਲਾਂ ਸਾਫ਼ ਨੇ, ਦੱਖਣ ਅੱਡ ਖੜਾ, ਉੱਤਰ ਪੂਰਬ ਅੱਡ ਖੜਾ, ਜੰਮੂ ਕਸ਼ਮੀਰ ਪੰਜਾਬ ਅੱਡ ਖੜਾ, ਬਾਕੀ ਥਾਂ 'ਤੇ ਟਕਰਾਅ ਤਾਂ ਹੋਊਗਾ ਨਾ ਜੀ। ਇਸ ਕਰਕੇ ਸਮੁੱਚੇ ਦੇਸ਼ ਲਈ ਜਿਹੜਾ ਇੱਕ ਪ੍ਰਵਚਨ ਉਸਾਰਨ ਦੀ ਗੱਲ ਸੀ, ਉਹ ਤਾਂ ਕੱਟਿਆ ਗਿਆ, ਉਹ ਕੱਟਿਆ ਗਿਆ। ਹਿੰਦੂ ਰਾਸ਼ਟਰ ਬਣਾਵਾਂਗੇ, ਐਂ ਤਾਂ ਬਣ ਹੀ ਨਹੀਂ ਸਕਦਾ, ਦੱਖਣ ਵਾਲਿਆਂ ਨੂੰ ਪ੍ਰਵਾਨ ਨਹੀਂ ਹੋਣਾ, ਬਾਕੀ ਨੂੰ ਪ੍ਰਵਾਨ ਨਹੀਂ ਹੋਣਾ। ਇਹਦਾ ਮਤਲਬ ਜੇ ਆਹ ਟਕਰਾਅ ਖੜਾ ਹੋ ਗਿਆ, ਫਿਰ ਤੁਹਾਨੂੰ ਇਹ ਇੱਕ ਰੂਪਤਾ ਤੋਂ ਪਿੱਛੇ ਮੁੜਨਾ ਪਊ। ਇਹੋ ਜਿਹਾ ਹਿੰਦੂ ਰਾਸ਼ਟਰ ਬਣਨਾ ਨਹੀਂ ਭਾਰਤ, ਬਣਨਾ ਨਹੀਂਗਾ। ਅਤੇ ਜੇ ਆਪਾਂ ਇੱਦਾਂ ਸਮਝੀਏ, ਹੁਣ ਮੇਰਾ ਲਾਸਟ ਸਵਾਲ ਹੈ ਕਿ ਜਿਹੜੀ ਅਕਾਲੀ ਦਲ ਦਾ ਰਿਸਪੋਂਸ ਹੈ, ਅਕਾਲੀ ਦਲ ਨੇ ਛੁਟਕਾਰੇ ਵੀ ਲਏ ਨੇ ਵੀ 0-0 ਹੋ ਗਈ ਜੀ, ਵੀ ਜਿੱਥੇ ਉਹ ਭਗਵੰਤ ਮਾਨ ਦੀ ਇੱਕ ਵੀਡੀਓ ਚਲਾ ਰਹੇ ਨੇ ਵੀ ਦੇਖੋ ਜੀ ਅਸੀਂ ਜਿੱਥੇ ਜਾਂਦੇ ਹਾਂ ਸੁਹਾਗਾ ਫੇਰ ਦਿੰਦੇ ਹਾਂ, ਹੈ ਨਾ। ਮਤਲਬ ਕਿ ਇੱਦਾਂ ਦੇ ਜਿਹੜਾ ਔਫੀਸ਼ੀਅਲ ਹੈਂਡਲ ਹੈ ਅਕਾਲੀ ਦਲ ਦਾ, ਉਹਦੇ ਤੋਂ ਇਹ ਆਇਆ। ਅਤੇ ਜਿਹੜਾ ਅਕਾਲੀ ਦਲ ਦਾ ਸਿਆਸੀ ਰਿਸਪੋਂਸ ਹੈ ਇਸ ਦੇ ਨਤੀਜਿਆਂ ਦੇ ਉੱਤੇ, ਉਹ ਇਹਦੇ ਝਟਕਾਰੇ ਲੈਣ ਤੱਕ ਹੋਣਾ ਚਾਹੀਦਾ ਜਾਂ ਓਵਰਆਲ ਸਿਚੁਏਸ਼ਨ ਨੂੰ ਰੀਡ ਕਰਨਾ ਚਾਹੀਦਾ ਕਿ ਜਿਸ ਢੰਗ ਦੇ ਨਾਲ ਸੈਂਟਰਲਾਈਜ਼ ਜਿਹੜੀ ਸਿਆਸਤ ਹੋ ਰਹੀ ਹੈ ਉਹ 'ਚ ਅਦਰ ਬਿਲਕੁਲ ਖਤਮ ਹੋ ਰਹੇ ਨੇ। ਕਾਂਗਰਸ ਨੇ ਆਪਣਾ ਰਿਟੇਨ ਕੀਤਾ ਵੋਟ ਸ਼ੇਅਰ, ਪਰ ਅਦਰ ਬਿਲਕੁਲ ਖਤਮ ਹੋ ਰਹੇ ਨੇ। ਅਤੇ ਜਿਹੜੀ ਸਿਆਸਤ ਬਣ ਰਹੀ ਹੈ ਉਹਨੂੰ ਅਕਾਲੀ ਦਲ ਤੁਹਾਨੂੰ ਲੱਗਦਾ ਵੀ ਰਿਸਪੋਂਡ ਦੇ ਰਿਹਾ? ਨਹੀਂ ਦੇ ਰਿਹਾ। ਮਤਲਬ ਅਕਾਲੀ ਦਲ ਇਸ ਹੱਦ ਤੱਕ ਬੌਂਦਲਿਆ ਹੋਇਆ ਵੀ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕੀ ਕਰੀਏ। ਮੈਂ ਇੱਕ ਥਾਂ ਤੇ ਦੇਖਿਆ ਸੀ, ਪਤਾ ਨਹੀਂ ਉਹ ਸਹੀ ਆ, ਮੈਂ ਕਨਫਰਮ ਨਹੀਂ ਕੀਤਾ, ਵੀ ਅਕਾਲੀ ਦਲ ਨੇ ਵੀ ਮੋਦੀ ਨੂੰ ਵਧਾਈ ਦਿੱਤੀ ਆ। ਮੈਂ ਫੈਕਚੁਅਲੀ ਮੈਂ ਦੇਖੀ ਨਹੀਂ ਉਹ, ਜਿਵੇਂ ਤੁਹਾਡੇ ਚੱਲਦੇ ਚੱਲਦੇ ਕਿਤੇ ਆ ਜਾਂਦਾ ਹੁੰਦਾ ਨਾ ਯੂਟਿਊਬ 'ਤੇ, ਇਸ ਤਰ੍ਹਾਂ ਦਾ ਆਇਆ। ਅਕਾਲੀ ਦਲ ਨੂੰ ਸਮਝ ਨਹੀਂ ਲੱਗਦੀ ਅਸੀਂ ਕੀ ਕਰੀਏ। ਹੁਣ ਰਾਜਵਾਣੇ ਦਾ ਮਸਲਾ ਚੱਕ ਲਿਆ ਜੀ ਇਹਨਾਂ ਨੇ। ਅਸਲ ਸਮੱਸਿਆ ਇਹ ਆ ਵੀ ਦੇਖੋ ਅਕਾਲੀ ਖਾੜਕੂ ਸੰਘਰਸ਼ ਨਾਲ ਸਹਿਮਤ ਨਹੀਂ ਸੀ, ਪਰ ਇਹ ਕਹਿੰਦੇ ਸੀ ਵੀ ਇਹ ਪੀੜਤ ਧਿਰਾ ਤੁਸੀਂ ਡੈਮੋਕਰੇਟਿਕ ਲੜਾਈ ਦੇ ਰਾਹ ਬੰਦ ਕਰਤੇ, ਇਸ ਕਰਕੇ ਮੁੰਡੇ ਉਧਰਲੇ ਰਾਹ ਪੈ ਗਏ। ਇਹ ਉਹਨਾਂ ਨੂੰ ਓਨ ਕਰਦੇ ਸੀ, ਇਹਨਾਂ ਨੇ ਜਦੋਂ ਸਰਕਾਰ ਬਣਾ ਲਈ ਉਹਨੂੰ ਡਿਸਓਨ ਕਰਤਾ, ਬੇਦਾਵਾ ਦੇਤਾ ਸਾਰੇ ਖਾੜਕੂ ਸੰਘਰਸ਼ ਨੂੰ ਸਮੇਤ ਰਾਜਵਾਣੇ ਦੇ। ਉਹੀ ਕਾਲਾ ਦੌਰ, ਦੇਸ਼ ਦੀ ਰਾਖੀ ਦੀ ਲੜਾਈ ਲੜ ਰਿਹਾ, ਉਹ ਜਿਹੜਾ ਸਾਰਾ ਪ੍ਰਵਚਨ ਉਸਾਰਿਆ ਇਹਨਾਂ ਨੇ, ਜੇਲ੍ਹਾਂ ਬਦਲਣ ਦਾ ਵਿਰੋਧ ਕੀਤਾ, ਉਹ ਪ੍ਰਵਚਨ ਇਹਨਾਂ ਦੇ ਰਾਹ 'ਚ ਇੱਕ ਐਡਾ ਵੱਡਾ ਅੜਿੱਕਾ ਖੜਾ ਵੀ ਇਸ ਮੁੱਦੇ 'ਤੇ ਵੀ ਸਿਆਸੀ ਲੜਾਈ ਲੜਨ ਦੇ ਸਮਰੱਥ ਨਹੀਂ, ਸ਼੍ਰੋਮਣੀ ਕਮੇਟੀ ਨੂੰ ਮੂਹਰੇ ਲਾ ਰਹੇ ਨੇ। ਹੁਣ ਜਿਹੜਾ ਇਹ ਆ, ਜੇ ਇੱਥੇ ਕਾਂਗਰਸ ਦੀਆਂ ਵੋਟਾਂ ਪਹਿਲਾਂ ਨਾਲੋਂ ਘਟੀਆਂ ਨਹੀਂ, ਭਾਜਪਾ ਦੀਆਂ ਵੱਧ ਗਈਆਂ, ਇਹਨਾਂ ਵੱਲ ਦੂਜੇ ਖਾਧੇ ਨਾ, ਇਹ ਵੀ ਪੰਜਾਬ 'ਚ ਖਾਧੇ ਹੋਏ ਨੇ ਨਾ ਜੀ। ਹੁਣ ਪ੍ਰਪੋਜ਼ਲ ਆ ਰਹੇ ਆ ਵੀ 10-3 ਦੀ ਥਾਂ 8-5 ਤੇ ਗੱਲ ਕਰਦੇ ਆ, ਪੋਸੀਬਲ ਇਹ ਹੋ ਸਕਦਾ। ਅਕਾਲੀ ਦਲ ਚਾਹੁੰਦਾ ਤਾਂ ਹੈਗਾ ਦਿਲੋਂ ਵੀ ਯਾਰ ਜੇ ਹੋ ਜੇ ਸੌਦਾ ਪੱਤਾ, ਪਰ ਬਾਹਰ ਮੁਖੀ ਹਾਲਤ ਇਹੋ ਜਿਹੇ ਬਣ ਰਹੇ ਨੇ
ਮਤਲਬ ਪੰਜਾਬ ਦੇ ਵਿੱਚ ਭਾਜਪਾ ਨਾਲ ਅਲਾਈਅੰਸ ਕਰਨ ਦਾ ਮਤਲਬ ਹੈ ਭਾਜਪਾ ਦੇ ਸਾਰੇ ਗਨਾਹ ਵੀ ਆਪਦੇ ਸਿਰ ਲੈਣਾ। ਫਿਰ ਜਿਹੜੇ ਪਿੱਛੇ ਉਹਨਾਂ ਨਾਲ ਰਲ ਕੇ ਗਨਾਹ ਕੀਤੇ ਨੇ ਉਹ ਫਿਰ ਮੁੜ ਕੇ ਉੱਭਰੇ ਹੋਣਗੇ। ਬਿਲਕੁਲ, ਮੈਨੂੰ ਇਹ ਲੱਗਦਾ ਪੰਜਾਬ ਦੇ ਵਿੱਚ ਤਾਂ ਸ਼ਾਇਦ ਕਾਂਗਰਸ ਤੇ ਆਪ ਮੁੜ ਕੇ ਸੋਚਣ, ਕਿਉਂਕਿ ਸੱਟ ਵੱਡੀ ਲੱਗੀ ਹੈ ਦੋਹਾਂ ਨੂੰ ਕਿਸੇ ਨਾ ਕਿਸੇ ਰੂਪ 'ਚ। ਨਹੀਂ ਫਿਰ ਜੇ ਕੱਟਾ ਕੱਟੀ ਇਕੱਲੇ ਇਕੱਲੇ ਕੱਢ ਲੈਣਗੇ ਕੋਈ ਬੜਾ ਫਰਕ ਵੀ ਨਹੀਂ ਪੈਂਦਾ ਐਡੇ ਵੱਡੇ ਸੰਘਰਸ਼ ਦੇ ਵਿੱਚ, ਘੋਲ ਦੇ ਵਿੱਚ। ਪਰ ਕਿਉਂਕਿ ਕਾਂਗਰਸ ਨੇ ਜਿਹੜੀਆਂ ਗਲਤੀਆਂ ਕੀਤੀਆਂ ਨੇ ਉਹਦੇ ਬਾਰੇ ਮਮਤਾ ਵੀ ਬੋਲੀ ਹੈ, ਉਹਦੇ ਬਾਰੇ ਆਪਣਾ ਇਹ ਵੀ ਬੋਲਿਆ ਨਤੀਸ਼ ਵੀ ਬੋਲਿਆ, ਜਿਹਦਾ ਮਤਲਬ ਜਿਹੜਾ ਕਾਂਗਰਸ ਹੰਕਾਰ ਦੇ ਵਿੱਚ ਆ। ਜਾਓ ਕਹਿੰਦੇ ਸਾਨੂੰ ਪੁੱਛ ਕੇ ਨਹੀਂ ਮੀਟਿੰਗ ਤੈਅ ਕੀਤੀ। ਹੋ ਸਕਦਾ ਇਹਨਾਂ ਨੂੰ ਆਇਆ ਹੋਵੇ ਵੀ ਜਿਹੜੇ ਤਿੰਨ ਨੂੰ ਰਿਜ਼ਲਟ ਆਉਣੇ ਆ ਉਹਨਾਂ 'ਚ ਤਾਂ ਆਪਣੀਆਂ ਬੱਲੇ ਬੱਲੇ ਹੋ ਜਾਣੀਆਂ, 6 ਨੂੰ ਮੀਟਿੰਗ ਰੱਖ, 6 ਨੂੰ ਰੱਖ ਲਓ, ਪਤਾ ਨਹੀਂ ਰਿਜ਼ਲਟ ਆਉਣ ਤੋਂ ਪਹਿਲਾਂ ਰੱਖੀ ਕਿ ਬਾਅਦ 'ਚ ਰੱਖੀ ਆ, ਮੈਨੂੰ ਇਹਦੇ ਬਾਰੇ ਕਲੀਅਰ ਨਹੀਂ। ਸੋ ਇਸ ਕਰਕੇ ਇਹਨਾਂ ਨੂੰ ਨਾ ਬੜਾ ਆਪਣੇ ਗਿਰਵਾਨ ਮੇ ਸਿਰਨੀਮਾ ਕਰ ਦੇਖ, ਇਸ ਰਾਹ ਤੇ ਚੱਲਣਾ ਪਊ ਇੰਡੀਆ ਗੱਠਜੋੜ ਨੂੰ, ਦੂਜਾ ਨਖੇੜਾ ਕਰਨਾ ਪਊ ਹਿੰਦੂਤਵ ਸਿਆਸਤ। ਹਿੰਦੂਤਵ ਸਿਆਸਤ। ਧੰਨਵਾਦ ਬਹੁਤ ਬਹੁਤ ਇਹ ਸਨ ਮਾਲਵਿੰਦਰ ਸਿੰਘ ਮਾਲੀ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਕਿ ਜਿਹੜੀਆਂ ਪੰਜ ਰਾਜਾਂ ਦੀਆਂ ਚੋਣਾਂ ਹੋਈਆਂ ਨੇ ਉਸ ਦੇ ਵਿੱਚ ਜਿਹੜੇ 3 ਰਾਜਾਂ ਦੇ ਵਿੱਚ ਬੀਜੇਪੀ ਦੀ ਜਿਹੜੀ ਸਪਸ਼ਟ ਬਹੁਮਤ ਆਇਆ ਉਹਦੀ ਕੀ ਵਜ੍ਹਾ ਰਹੀ। ਉਹਨਾਂ ਦਾ ਮੰਨਣਾ ਇਹ ਹੈ ਕਿ ਜਿਹੜਾ ਇੰਡੀਆ ਗੱਠਜੋੜ ਹੈ ਉਸਨੂੰ ਇੱਕ ਨਖੇੜਾ ਕਰਨਾ ਪਏਗਾ ਵਿਚਾਰਧਾਰਕ ਤੌਰ 'ਤੇ ਕਿ ਉਸਨੇ ਹਿੰਦੂਤਵ ਤੋਂ ਅਲੱਗ ਖੜ੍ਹੇ ਹੋਣਾ। ਅਤੇ ਆਮ ਆਦਮੀ ਪਾਰਟੀ ਦਾ ਜਿਹੜਾ ਰਿਸਪੋਂਸ ਰਿਹਾ ਉਹਨਾਂ ਦਾ ਮੰਨਣਾ ਇਹੀ ਹੈ ਕਿ ਜਿਹੜਾ ਸਾਰਾ ਰਿਸੋਰਸ ਮਟੀਰੀਅਲ ਹੈ ਪੰਜਾਬ ਦਾ ਉਸਨੂੰ ਇਹਨਾਂ ਹਿੱਤਾਂ ਦੇ ਲਈ ਯੂਜ਼ ਕੀਤਾ ਜਾ ਰਿਹਾ ਪਾਰਟੀ ਦੇ ਹਿੱਤਾਂ ਦੇ ਲਈ, ਅਤੇ ਉਸ ਦੇ ਨਾਲ ਹੀ ਇਹਨਾਂ ਦੀ ਜਿਹੜੀ ਕੋਈ ਵੀ ਜਿਹੜੀ ਵਿਚਾਰਧਾਰਾ ਨਹੀਂ ਆ ਆਮ ਆਦਮੀ ਪਾਰਟੀ ਦੀ, ਨਾ ਇਹਨਾਂ ਦਾ ਕੋਈ ਬੇਸ ਹੈਗਾ ਪੰਜਾਬ ਤੋਂ ਬਾਹਰ ਵੀ ਅਤੇ ਦਿੱਲੀ ਦੇ ਵਿੱਚ ਵੀ। ਕਿਉਂਕਿ ਰੀਜ਼ਨ ਇਹਨਾਂ ਦਾ ਮੰਨਣਾ ਕਿ ਖਾਸ ਹਾਲਾਤਾਂ ਦੇ ਵਿੱਚ ਇਹ ਲੋਕ ਇਸ ਪਾਰਟੀ ਜਿਹੜੀ ਆ ਪੰਜਾਬ ਦੇ ਵਿੱਚ ਉਹਨੂੰ ਫਤਵਾ ਦਿੱਤਾ ਗਿਆ, ਪਰ ਦੂਜੇ ਰਾਜਾਂ ਦੀਆਂ ਸਿਚੁਏਸ਼ਨਾਂ ਵੱਖਰੀਆਂ ਨੇ ਇਸ ਕਰਕੇ ਕਾਮਯਾਬੀ ਨਹੀਂ ਮਿਲ ਰਹੀ। ਚਲੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ ਦਾ ਪਤਾ ਲੱਗ ਜਾਣਾ। 2000 ਜਿਹੜੀਆਂ 24 ਦੀਆਂ ਜਨਰਲ ਇਲੈਕਸ਼ਨਸ ਹੋਣੀਆਂ ਨੇ ਉਹਦੇ ਵਿੱਚ ਹੁਣ ਇਹ ਸਾਰਾ ਉਹਦਾ ਪੇੜ ਵੱਜ ਗਿਆ, ਤਾਂ ਇਹ ਪੰਜਾਬ ਦੇ ਵਿੱਚ ਕਿਸ ਰੁੱਖ ਊਟ ਕਰਵਟ ਬੈਠਦੀ ਹੈ ਇਹ ਵੀ ਪਤਾ ਲੱਗ ਜੂਗਾ। ਪਰ ਇਹਨਾਂ ਨਤੀਜਿਆਂ ਨੇ ਕਾਫੀ ਹੱਦ ਤੱਕ ਕਾਂਗਰਸ ਨੂੰ, ਆਮ ਆਦਮੀ ਪਾਰਟੀ ਨੂੰ, ਅਕਾਲੀ ਦਲ ਨੂੰ, ਜਿੰਨੀਆਂ ਵੀ ਧਿਰਾਂ ਨੇ ਉਹਨਾਂ ਨੂੰ ਸੋਚਣ ਲਈ ਮਜਬੂਰ ਜ਼ਰੂਰ ਕੀਤਾ। ਧੰਨਵਾਦ।